ਤੂੰ ਜਾ ਜਾ ਤੂੰ ਹੈ ਉਹ ਨਹੀਂ ਨਹੀਂ ਉਹ ਨਹੀਂ 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 ਲੜ ਦੇਣੀ ਉਹ ਨਾ ਨਾ ਓਏ ਓ ਨਾ ਨਾ ਤੇਰਾ ਗੰਡਾਸਾ ਫੜ ਕੇ ਤੇਰਾ ਹੀ ਮੋਢਾ ਪਾੜ ਦੂੰ ਮੈਂ ਕਿਹੜਾ ਯਾਰ ਸਵੇਰੇ ਸਵੇਰੇ ਆ ਗਿਆ ਬਾਈ ਪੈਸੇ ਪੈਸੇ ਕਿਹੜੇ ਪੈਸੇ ਕੌਣ ਦੇ ਕੇ ਆਤੀ ਕੌਣ ਆ ਤੁਸੀਂ ਭਾਈ ਕਿਉਂ ਭਾਈ ਤੂੰ ਬੰਬਾ ਪੰਮੇ ਵਾਲਾ ਨਹੀਂ ਹੈਗਾ ਭਾਈ ਪੰਮਾ ਬੰਬੇ ਵਾਲਾ ਹੀ ਆ ਮੈਂ ਹਾਂ ਪੰਮਾ ਹਾਂ ਲੈ ਭਾਈ ਸਾ ਘੜ ਕਰਾਂ ਤੁਸੀਂ ਭਾਈ ਕਿਵੇਂ ਸਵੇਰੇ ਸਵੇਰੇ ਅੰਦਰ ਆ ਜਾ ਭੱਜ ਕੇ ਭਾਈ ਗੱਲ ਤਾਂ ਸੁਣੋ ਦਿਨ ਤਾਂ ਚੜ ਲੈਣ ਦਿੰਦੇ ਤੁਸੀਂ ਤੜਕੇ ਮੂੰਹ ਚੱਕ ਕੇ ਆ ਗਏ ਆ ਲੈ ਸਾਨੂੰ ਤਾਂ ਭਾਈ ਰਾਤ ਨਹੀਂ ਹੋਈ ਅਸਾਂ ਸਾਰੀ ਰਾਤ ਟਿਕੇ ਨਹੀਂ ਹੈਗੇ ਸਾਡਾ ਤਾਂ ਸਾਰਾ ਟੱਬਰ ਝਾਕਦਾ ਰਿਹਾ ਬਾਈ ਮੈਂ ਤਾਂ 2 ਵਜੇ ਉੱਠ ਕੇ ਪੱਗ ਵੀ ਬੰਨ ਲਈ ਦੀ ਕਹਿੰਦੀ ਚੱਲਣਾ ਹੋਰ ਹਣ ਤੁਹਾਡਾ ਕਿਹੜਾ ਘਰ ਦੇਖਿਆ ਸੀ ਮੈਨੂੰ ਯਾਦ ਨਹੀਂ ਆ ਰਿਹਾ ਲੈ ਮੈਂ ਜੱਸੂ ਦੀ ਤਾਂ ਮਾਸੀ ਆ ਸਾਡਾ ਘਰ ਦੇਖ ਚਿੱਟੀ ਕਲੀ ਵਾਲਾ ਜਿੱਥੇ ਲਾਲ ਬਾਰਡਰ ਬਣਿਆ ਵਾ ਹਾਂ ਉਹ ਘਰ ਆਪਣਾ ਹੀ ਹੈ ਬਾਈ ਉਹ ਹਾਂ ਲੈ ਵੀ ਪੈਸੇ ਕੱਢ ਕੰਨ ਦਾ ਵਾ ਮੇਰੀ ਗੱਲ ਸੁਣ ਭਾਈ ਕਮਲ ਨਹੀਂ ਮਾਰੀਦਾ ਹੁੰਦਾ ਤੁਹਾਡੀਆਂ ਫੋਟੋ ਬੰਬੇ ਭੇਜੀਆਂ ਹੋਈਆਂ ਕਹਾਣੀ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਡਾਇਰੈਕਟਰ ਨੂੰ ਵਧੀਆ ਲੱਗਾ ਘਰ ਆਪਾਂ ਉਹੀ ਘਰ ਸਿਲੈਕਟ ਕਰਾਂਗੇ ਉਸ ਤੋਂ ਬਾਅਦ 6-7 ਮਹੀਨੇ ਸ਼ੂਟਿੰਗ ਚੱਲੂਗੀ ਫਿਰ ਜਾ ਕੇ ਕਿਤੇ ਭਾਈ ਤੁਹਾਡੇ ਪੈਸੇ ਆਉਣਗੇ ਲੈ ਬਾਈ ਉਹ ਤਾਂ ਤੂੰ ਕਹਿੰਦਾ ਸੀਗਾ ਤੁਹਾਡਾ ਘਰ ਆਖੇ ਪੱਕਾ ਗਾ ਆਖੇ 1.5 ਲੱਖ ਰੁਪਇਆ ਪਤਾ ਨਹੀਂ ਕਿੰਨੇ ਪੈਸੇ ਆਖੇ ਐਡਵਾਂਸ ਲੈ ਲਿਓ ਤੇ ਹੁਣ ਤਾਂ ਭਾਈ ਉਹ ਫਿਰ ਤੂੰ ਐਂ ਗੱਲਾਂ ਕਰਦਾ ਇਹ ਤਾਂ ਗਲਤ ਆ ਭਾਈ ਤੇਰੀ ਕੱਲ੍ਹ ਤੂੰ ਮੇਰੇ ਨਾਲ ਕਰਾਰ ਨਹੀਂ ਕਰਕੇ ਆਇਆ ਵੀ ਆਥਣ ਨੂੰ ਪੈਸੇ ਲੈ ਲਿਓ ਮੈਂ ਤੈਨੂੰ ਕਿਹਾ ਸੀ ਵੀ ਮੈਂ ਸਰੇਆਮ ਲਊਂਗੀ ਤੂੰ ਕਿਹਾ ਸੀ ਲਿਖਤ ਪੜ੍ਹਤ ਮੈਂ ਕਿਹਾ ਵੀ ਲਿਖਤ ਪੜ੍ਹਤ ਮੇਰਾ ਬੰਦਾ ਕਰੂਗਾ ਆਹ ਖੜਾ ਮੇਰਾ ਬੰਦਾ ਕਰੋ ਭਾਈ ਲਿਖਤ ਪੜ੍ਹਤ ਜਿਹੜੀ ਲਿਖਤ ਪੜ੍ਹਤ ਕਰਾਉਣੀ ਪੈਸੇ ਚਾਹੀਦੇ ਨੇ ਮੇਰੀ ਗੱਲ ਸੁਣੋ ਭਾਈ ਡਾਇਰੈਕਟਰ ਨੂੰ ਪਸੰਦ ਤਾਂ ਆ ਜੇ ਘਰ ਤੁਹਾਡਾ ਫਿਰ ਜਾ ਕੇ ਗੱਲ ਬਣੂਗੀ ਲੈ ਤੂੰ ਪਸੰਦ ਹੀ ਹੈਗਾ ਕੱਲ ਤਾਂ ਤੂੰ ਗੱਲ ਨਿਬੇੜ ਕੇ ਗਿਆ ਭਾਈ ਸਾਡੇ ਨਾਲ ਭਾਈ ਐਵੇਂ ਥੋੜਾ ਤੁਹਾਨੂੰ ਮੈਂ ਪੈਸੇ ਦੇ ਦੂੰਗਾ ਨਾਲ ਗੱਲ ਸੁਣੋ ਆਪਾਂ ਨੂੰ ਤਾਂ ਪੈਸਿਆਂ ਦੀ ਲੋੜ ਆ ਲੈ ਭਾਈ ਸਾਡੇ ਤਾਂ ਸੱਚ ਲੈ ਉਹ ਗੱਲ ਦੱਸਣੀ ਭੁੱਲ ਗਈ ਸਾਡੀ ਤਾਂ ਨਿੱਕੀ ਕੁੜੀ ਦਾ ਸਹੁਰਾ ਮਰ ਗਿਆ ਹਾਂ ਉਹਨਾਂ ਨੇ ਕਰਨਾ ਵੱਡਾ ਉਹ ਕਹਿੰਦੀ ਭਾਬੀ ਜੇ ਕੋਈ ਟੂ ਸੱਲਾ ਲੈ ਕੇ ਆਊਗੀ ਕਹਿੰਦੀ ਮੇਰਾ ਨੱਕ ਰਹਿ ਜੂਗਾ ਲੈ ਭਾਈ ਪੈਸੇ ਕੱਢ ਅਸੀਂ ਤਾਂ ਸਹੁੰ ਰੱਬ ਦੀ ਉਹ ਤਾਂ ਸਭ ਨੂੰ ਫੋਨ ਕਰਤੇ ਵੀ ਤੜਕੇ ਨੂੰ ਭਾਈ ਪੈਸੇ ਲੈਣ ਆ ਜਾਓ ਸਾਡੇ ਤਾਂ ਆਉਣ ਵਾਲੇ ਆ ਮੰਗਣ ਵਾਲੇ ਮੈਨੂੰ ਅਸੀਂ ਦੇਣਾ ਲੈਣਾ ਦੇਣਾਗਾ ਮੈਨੂੰ ਇਹ ਦੱਸੋ ਤੁਹਾਡੇ ਕੋਈ ਸਿਆਣਾ ਸੋਹਣਾ ਵੀ ਹੈਗਾ ਘਰ 'ਚ ਕਿ ਸਾਰੇ ਕਮਲੇ ਹੀ ਆ ਆਦੇ ਆਇਆ ਤਾਂ ਹੈਗਾ ਨਾਲ ਹਾਂ ਹਾਂ ਤੈਨੂੰ ਕਮਲਾ ਲੱਗਦਾਗਾ ਲਿਆ ਭਾਈ ਪੈਸੇ ਕੱਢ ਸਾਡੇ ਕੋਲ ਤਾਂ ਟਾਈਮ ਨਹੀਂ ਅੱਧ ਬਚਾਤਾ ਦੇ ਤੜਕੇ ਤੜਕੇ ਐ ਖਾਲੀ ਆ ਥੋੜੀ ਮੜੇਗਾ ਸਾਨੂੰ ਹਜੇ ਸਾਨੂੰ ਬਥੇਰਾ ਲੋੜ ਆ ਹਜੇ ਸਾਨੂੰ ਕਰਾਊਡ ਦੀ ਵੀ ਲੋੜ ਪੈਣੀ ਆ ਉਹ ਵੀ ਟੀਮਾਂ ਸਪਲਾਈ ਦੇ ਤੈਨੂੰ ਮੈਂ ਆਪੇ ਰਾਤੋਂ ਰਾਤ ਕਰ ਦੂੰ ਜਿੰਨੀਆਂ ਮਰਜ਼ੀ 100, 150, 300, 400 ਜਿੰਨੀਆਂ ਕਹੇਗਾ ਹੱਥ ਨੂੰ ਖਾਤਰ ਕਰ ਦੂੰ ਨਾਲੇ ਗੱਲ ਸੁਣ 150 ਕਬੂਤਰਾ ਮੇਰੇ ਕੋਲੇ ਉਹਦੇ ਪੈਸੇ ਮੈਂ ਠੋਕ ਕੇ ਲੂੰ ਹਾਂ ਲਿਆ ਭਾਈ ਪੈਸੇ ਕੱਢ ਸਸਤਾ ਪੈਸਿਆਂ ਨਾਲ ਹੀ ਬਹੁਤ ਵੱਡਾ ਭਾਈ ਜਾਓ ਤੁਸੀਂ ਦਿਨ ਚੜੇ ਆਓ ਜੀ ਜਾਓ ਤੁਸੀਂ ਇਹ ਭਾਈ ਉਹ ਤਾਂ ਨਹੀਂ ਕਮਲ ਨਹੀਂ ਮਾਰੀਦਾ ਹੁੰਦਾ ਪੈਸੇ ਨਾ ਸੀਗਾ ਪੈਸੇ ਦੇ ਭਾਈ ਪੈਸੇ ਦੇ ਪੈਸੇ ਤੂੰ ਮੈਂ ਫੋਨ ਕਰਕੇ ਨਾ ਤੁਹਾਡਾ ਘਰ ਹੀ ਕੈਨਸਲ ਕਰਨ ਲੱਗਾ ਯਾਰ ਤੂੰ ਤਾਂ ਦਿਮਾਗ ਖਾ ਗਿਆ ਜਾਓ ਜਾਓ ਯਾਰ ਤੜਕੇ ਆ ਰਹੀ ਮੈਂ ਕਰ ਦੂੰ ਇਹ ਬੜੀ ਗੱਲ ਹੈ ਤੁਹਾਡੀ ਹਾਏ ਰੱਬਾ ਮੈਂ ਤਾਂ ਕਿਤੇ ਪਿੰਡ 'ਚ ਬੋਲੇ ਖਤਮ ਹੋ ਗਏ ਆ ਤਾਂ ਕੋਈ ਟਰੱਕ ਹੀ ਭਰ ਕੇ ਲਾ ਗਿਆ ਪਾਠੀ ਹਜੇ ਬੋਲਣ ਲੱਗ ਰਿਹਾ ਇਸ ਵਾਲੇ ਤੜਕੇ ਹੀ ਆ ਗਏ ਮੂੰਹ ਚੱਕ ਕੇ ਚੱਲ ਭਰਾਵਾ ਤੂੰ ਤਾਂ ਆਪਦਾ ਕੰਮ ਕਰ ਜਿਹੜਾ ਕਰਨ ਲੱਗਾ ਸੀ ਮੈਂ ਤਾਂ ਆਪ ਪਾਲਾ ਚੜਿਆ ਪਿਆ ਤੈਨੂੰ ਪਿਆ ਦੇ ਨੇਕੜੂ ਮਾਸੀ ਠੰਡ ਨੀ ਗੁੜ ਗਏ ਬੰਬੇ ਪੰਮੇ ਵਾਲੇ ਤੋਂ ਕਿਹੜਾ ਬੰਬਾ ਪੰਮੇ ਵਾਲਾ ਉਹ ਫਿਲਮ ਵਾਲਾ ਭਾਈ
ਪੰਮਾ ਬੰਬੇ ਵਾਲਾ? ਹਾਂ ਓਏ 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 ਮਸੀਹ ਤੋਂ ਕਹਤੇ ਪੈਸੇ ਲੈਣ ਵਗੇ ਤੁਸੀਂ ਕਿਹਾ? ਉਹਨੇ ਆਪਣੀ ਫਿਲਮ ਵਾਸਤੇ ਘਰ ਨਹੀਂ ਲਿਆਗਾ, ਹੋਰ ਤੋਂ ਕਾਹਤੋਂ ਲੈਣੇ ਪੈਸੇ? ਮਸੀਹ ਹਲੇ ਫਿਲਮ ਸ਼ੁਰੂ ਨਹੀਂ ਹੋਈ, ਕੋਈ ਕੰਮ ਨਹੀਂ ਹੋਇਆ, ਪੈਸੇ ਕਾਹਦੇ ਦੇਊਗਾ ਅਗਲਾ ਤੁਹਾਨੂੰ? ਨਾ ਫੋਟੋਆਂ ਖਿੱਚ ਕੇ ਲੈ ਗਿਆ, ਸਾਰੀ ਗੱਲ ਕਰਕੇ ਗਿਆ ਮੇਰੇ ਨਾਲ, ਫਿਰ ਪੈਸੇ ਤਾਂ ਬਣਦੇ ਆ। ਮੈਂ ਉਹਨੂੰ ਕਿਹਾ, ਮੈਂ ਭਾਈ ਅੱਧ ਪਹੁੰਚਾ ਤਾ ਦੇ। ਐਂ ਥੋੜ੍ਹੀ ਮਿਲਦੇ ਹੁੰਦੇ ਆ ਪੈਸੇ, ਨਾਲੇ ਹਲੇ ਜੱਸੇ ਨੇ ਵੀ ਹਾਂ ਨਹੀਂ ਕਰੀ ਹੈਗੀ, ਐਵੇਂ ਥੋੜ੍ਹੀ ਪੈਸੇ ਦੇ ਦੂਗਾ? ਜੇ ਉਸਨੇ ਕਿਤੇ ਜੱਸੇ ਨੂੰ ਫੋਨ ਕਰਤਾ ਮੇਰੀ ਗੁੱਤ ਪਟਾਓਗੇ ਤੁਸੀਂ? ਚੱਲ ਕੋਈ ਨਹੀਂ, ਜੱਸੇ ਨਾਲ ਅਸੀਂ ਆਪੇ ਕਰ ਲਾਂਗੇ ਗੱਲ। ਹਾਂ ਤੂੰ ਤਾਂ ਉਹੀ ਕਰੀ ਜਾਂਦੀ ਰਹੀ ਨਹੀਂ ਐਵੇਂ। ਹਾਂ ਅਸੀਂ ਤੇਰੇ ਮਾਰੀ ਫਿਰਦੇ ਆ, ਤੁਹਾਡੇ ਸਾਹਮਣੇ ਨਹੀਂ ਕੁਝ ਕਹਿੰਦਾ, ਬਾਅਦ 'ਚ ਤਾਂ ਮੈਨੂੰ ਕਹਿੰਦਾ ਹੀ ਆ। ਕੋਈ ਨਹੀਂ ਕੁੜ ਗਏ, ਐਵੇਂ ਹੀ ਬਾਹਲਾ। ਕਿੰਨੇ ਕੁ ਵਜੇ ਗਏ ਸੀ ਤੁਸੀਂ? ਆਪਾਂ 4:30 ਵਜੇ ਕਿ ਕਿੰਨੇ? 4:30 ਵਜੇ। ਹਾਂ 4:30 ਵਜੇ ਗਏ। ਮੈਂ ਕਿਹਾ ਪਤਾ ਨਹੀਂ ਤੁਸੀਂ ਗੁਰੂ ਘਰ ਗਏ ਆ, ਤੁਸੀਂ ਤਾਂ ਕੁਛ ਹੋਰ ਹੀ ਕਰਦੇ ਫਿਰੀ ਜਾਂਦੇ ਆ। ਪਤਾ ਕੀ ਹੁੰਦਾ ਪੁੱਤ, ਜੇ ਕਿਸੇ ਬੰਦੇ ਨਾਲ ਕਰਾਰ ਹੋਵੇ ਉਹਦਾ ਸੁੱਤੇ ਫਾਇਦਾ ਗਾਲ ਨਾ ਪਲੇ, ਹੈ ਅੱਗੇ ਪਿੱਛੇ ਕੋਈ ਭਾਨੀ ਮਾਰ ਜੇ ਦਿਨ ਚੜ੍ਹੇ ਚ, ਫਿਰ ਆਪਾਂ ਨੂੰ ਕਿਲੇ ਬੈਠਾ ਅਗਲਾ। ਇਸ ਟਾਈਮ ਤਾਂ ਹਲੇ ਵਿਚਾਰਾ ਸੁੱਤਾ ਵੀ ਨਹੀਂ ਉੱਠਿਆ ਹੋਣਾ ਜਿਸ ਟਾਈਮ ਤੁਸੀਂ ਮੰਗਣ ਚਲੇ ਗਏ। ਨਾ ਨਾ, ਉਸ ਤਾਂ ਟਾਈਮ ਨਾਲ ਹੀ ਜਾਵੜੇ ਉਹਦੇ ਘਰੇ, ਅਸੀਂ ਕਿਹਾ ਵੀ ਕੱਢ ਪੈਸੇ। ਉੱਠਿਆ ਫਿਰਦਾ ਜੀ ਪੁੱਤ ਤਾਂ? ਹਾਂ ਆਪ ਗੇਟ ਗੂਟ ਖੋਲਿਆ ਨੇ, ਆਪ ਗੇਟ ਖੋਲਿਆ ਨੇ ਮੂਹਰੇ ਹੋ ਕੇ। ਗੇਟ ਤਾਂ ਫਿਰ ਹੁਣ ਖੋਲਦਾ ਹੀ ਜੇ ਤੁਸੀਂ ਜਾ ਕੇ ਵੜ ਗਏ ਉੱਥੇ, ਹਾਂ ਐਂ ਥੋੜੀ ਜਾਈਦਾ ਹੁੰਦਾ ਕਿਸੇ ਦੇ? ਨਾ ਤੇ ਫਿਰ ਹੋਰ ਕਿਵੇਂ ਜਾਈਦਾ ਹੁੰਦਾ? ਮੈਨੂੰ ਤਾਂ ਕੁੜੀ ਦੇ ਦਿਮਾਗ ਤੇ ਪੁੱਠਾ ਠੀਕ ਕਰਾ, ਮੁੱਦਾ ਵੱਜ ਗਿਆ। ਜਾਣਾ ਪੈਣਾ। ਚਾਚੇ ਚੰਗੇ ਲੱਗਦੇ ਸਵੇਰੇ ਸਵੇਰੇ ਕਿਸੇ ਦੇ ਜਾਂਦੇ ਹੋਏ? ਨਾ ਦੱਸ ਕੌਣ ਨਹੀਂ ਹੋਵੇ ਤਾਂ। ਪਤਾ ਕੀ ਆ, 4-5 ਘਰ ਉਹਨੇ ਹੋਰ ਪੁੱਛ ਰੱਖੇ ਤੇ, ਮੈਨੂੰ ਐ ਸੀ ਆਪਾਂ ਤੋਂ ਪਹਿਲਾਂ ਕੋਈ ਹੋਰ ਨਾ ਵੱਗ ਜਾਏ। ਉਹੀ ਤਾਂ ਗੱਲ ਆ, ਅਸੀਂ ਤਾਂ ਮੌਕੇ ਵਿਚਾਰਦੇ ਫਿਰਦੇ ਹਾਂ, ਤਾਂ ਮੁੱਠੀਆਂ ਥੁੱਕੀ ਫਿਰਦੇ ਆ ਵੀ ਗੱਲ ਸਾਡੀ ਬਣ ਜਾਏ, ਸਾਡੀ ਕੁੜੀ ਦੀ ਗੱਲ ਬਣ ਜਾਏ ਕਿਤੇ। ਮਾਸੀ ਮੈਨੂੰ ਤਾਂ ਐ ਨਹੀਂ ਸਮਝ ਆਉਂਦਾ, ਤੈਨੂੰ ਹੋਈ ਕੀ ਜਾਂਦਾ ਜਿੱਦਣ ਦੀ ਤੂੰ ਆਈ ਇੱਥੇ? ਲਾ ਪਰ ਮੈਂ ਗੱਲ ਹੋਰ ਕਹਿ ਕੇ ਆਈ ਆ, ਮੈਂ ਕਿਹਾ ਵੀ ਤੀਵੀਆਂ ਸਪਲਾਈ ਵਾਲਾ ਠੇਕਾ ਮੈਨੂੰ ਹੀ ਦੇਈ। ਹਾਂ ਮਾਸੀ, ਤੀਵੀਆਂ ਸਪਲਾਈ ਦਾ ਮਤਲਬ ਤਾਂ ਬਹੁਤ ਗਲਤ ਨਿਕਲਦਾ, ਤੂੰ ਬਾਰ ਬਾਰ ਕਹੀ ਜਾਂਦੀ ਆ, ਆਏ ਨਹੀਂ ਕਹੀਦਾ ਹੁੰਦਾ। ਕਿਉਂ ਆਪ ਹੀ ਤਾਂ ਕਹਿੰਦਾ ਸੀ ਮੈਨੂੰ ਨੱਚਣ ਵਾਲੀਆਂ ਪਿੱਛੇ ਖੜਨ ਵਾਲੀਆਂ ਕੁੜੀਆਂ ਵਾਹਵਾ ਬੁੜੀਆਂ ਚਾਹੀਦੀਆਂ। ਮਾਸੀ ਆਰਟਿਸਟ ਹੁੰਦੇ ਆ ਉਹ। ਹਾਂ ਤੇ ਫਿਰ ਉਹੀ ਉਹਨਾਂ ਦੀ ਗੱਲ ਹੀ ਮੈਂ ਕਰਦੀ, ਮੈਂ ਇਹ 'ਚ ਗਲਤ ਕੀ ਕਹਿਦਾ? ਫਿਰ ਉਹਨਾਂ ਨੂੰ ਸਪਲਾਈ ਨਹੀਂ ਕਹਿੰਦੇ ਹੈਗੇ। ਮੇਰੀ ਗੱਲ ਸੁਣ ਲੈ, ਮੈਂ ਤਾਂ ਉਹਨੂੰ ਕਿਹਾ ਆ ਵੀ ਸਾਰੇ ਕਬੂਤਰ ਮੇਰੇ ਹੋਣਗੇ, ਪੈਸੇ ਪਰ ਮੈਂ ਠੋਕ ਕੇ ਲਊਗਾ। ਹਾਂ ਚਾਚੇ, ਜੇ ਕਬੂਤਰਾਂ ਦੀ ਲੋੜ ਹੋਊਗੀ ਫਿਲਮ 'ਚ ਤਾਂ ਹੀ ਲਊਗਾ ਕਬੂਤਰ, ਕੀ ਕਰਨਾ ਉਹਨੇ ਕਬੂਤਰਾਂ ਦਾ? ਕਬੂਤਰ ਵਾਜੀ ਕਰਨੀ ਆ ਇਹਨਾਂ ਨੂੰ, ਇਹਨਾਂ ਨੂੰ ਡੰਗਰ ਬੱਸੇ ਤੀਵੀਂ ਬੰਦੇ ਸਭ ਕੁਝ ਚਾਹੀਦਾ ਹੁੰਦਾ, ਤਾਂ ਐਵੇਂ ਹੱਥਾਂ 'ਚੋਂ ਨਿਕਲਦੇ ਫਿਰਦੇ ਆ। ਆਪਾਂ ਬੰਦੇ ਫੜ ਕੇ ਰੱਖਣੇ ਆ, ਜਾਣ ਨਹੀਂ ਦੇਣੇ ਆਪਣੇ ਹੱਥੋਂ। ਹਾਂ ਤੇ ਮੈਂ ਦੱਸਾਂ, ਜਾ ਕੇ ਚਾਹ ਪੀ ਲਓ, ਮੈਂ ਤੁਹਾਡੇ ਵਾਸਤੇ ਚਾਹ ਬਣਾਈ ਬੈਠੀ ਆ। ਚੱਲ ਕੇ ਜਾ, ਮੈਂ ਚਾਹ ਲੈ ਕੇ ਆਉਂਦੀ ਹਾਂ ਹੁਣ, ਪਾਲਾ ਜਿਹਾ ਲਿਖਾ ਦੇ। ਹਾਂ ਚਾਹ ਲੈ ਕੇ ਆਉਂਦੀ, ਤੂੰ ਮੁੜ ਕੇ ਗਾਹਾਂ ਗੱਲ ਨਾ ਕਰੀ ਹੈਂ। ਹਾਂ ਇਹ ਗੱਲਾਂ ਪੜਦੇ ਵਾਲੀਆਂ ਹੁੰਦੀਆਂ, ਅਸੀਂ ਹਨੇਰੇ ਨੇ ਤਾਂ ਹੀ ਤਾਂ ਗਏ ਹਾਂ, ਹਨੇਰੇ ਨੇ ਵੀ ਕਿਸੇ ਦੇ ਮੂੰਹ ਮੱਥੇ ਨਾ ਲੱਗ ਜਾਏ, ਕਿਸੇ ਨੂੰ ਪਤਾ ਨਾ ਲੱਗ ਜਾਏ ਵੀਰੇ ਦੇ ਘਰ 'ਚ ਹੁੰਦਾ ਕੀ ਫਿਰਦਾ। ਮਾਸੀ ਮੈਂ ਨਹੀਂ ਕਰਦੀ, ਤੂੰ ਨਾ ਕਰਦੀ। ਹਾਂ ਮੈਂ ਲੋਕਾਂ ਨੂੰ ਪਤਾ ਤੇਰਾ ਘਰ ਜੋੜ ਕੇ ਦਿਖਾਉਣਾ, ਮੈਨੂੰ ਕੋਈ ਆਏ ਨਾ ਤੋਂ ਤਾਂ ਲਾ ਦੇ ਵੀ ਇਹਦੀ ਮਾਸੀ ਸੀ ਤੇ ਲੁੱਟ ਕੇ ਖਾ ਗਈ, ਲੁੱਟ ਕੇ ਨਹੀਂ ਖਾਂਦੇ ਤੈਨੂੰ, ਤੇਰਾ ਕੁਛ ਬਣਾ ਕੇ ਜਾਵਾਂਗੇ ਜਿੱਦੇ ਗਏ ਆਪਦੇ ਪਿੰਡ। ਹਾਂ ਇੰਨੇ ਬੋਏ ਨਹੀਂ ਹੈਗੇ, ਉਹ ਤਾਂ ਮੈਨੂੰ ਐਂ ਕਹਿੰਦਾ ਸੀ 4-5 ਘਰ ਮੈਂ ਹੋਰ ਪੁੱਛੀ ਬੈਠਾ, ਮੈਂ ਕਿਹਾ ਪਹਿਲਾਂ ਚਲੋ। ਹਾਂ ਚਾਚੇ ਆਏ ਨਾ ਗੇੜੇ ਮਾਰਿਆ ਕਰੋ ਕਿਸੇ ਦੇ। ਸੁਣ ਲਿਓ, ਉੱਠ ਲਓ, ਚਾਹ ਠੰਡੀ ਹੋ ਜਾਣੀ ਹੈ। ਫਿਰ ਕੀ ਹੋਇਆ, ਬੋਲਦੇ ਨਹੀਂ? ਕੁਛ ਨਹੀਂ ਹੋਇਆ, ਮੇਰਾ ਤਾਂ ਚਿੱਤ ਨਹੀਂ ਲੱਗ ਰਿਹਾ ਯਾਰ। ਚਿੱਤ ਨਹੀਂ ਲੱਗਦਾ ਕਿਉਂ? ਕੀ ਹੋ ਗਿਆ, ਬੀਪੀ ਤਾਂ ਨਹੀਂ ਵੱਧ ਗਿਆ? ਕਾਹਨੂੰ ਵਧਿਆ ਬੀਪੀ, ਮੈਂ ਤਾਂ ਕਹਿੰਦੀ ਦੇ ਰਾਤ ਨੂੰ ਸੁਪਨੇ 'ਚ ਵੀ ਝੋਟੇ ਦਿਖੀ ਜਾਣਗੇ। ਹੈਂ ਰਾਤ ਐਂ ਲੱਗੇ ਜਿਵੇਂ ਝੋਟੇ ਨੇ ਮੇਰੇ ਤਾਂ ਢਿੱਡ 'ਚ ਮਾਰੀ ਟੱਕਰ,
ਪਤਾ ਉਹ ਸੜਦਾ ਕਿੱਲੇ ਦੀ ਬਾਹੀ ਤੇ ਘੱਟ ਡਫ ਲਿਆ ਕਰ ਓਏ ਦਾਰੂ ਨਾਲ ਕਾਹਨੂੰ ਕੁਛ ਹੋਇਆ ਹੈ ਹੈਂ ਇਹਦਾ ਪੰਡਿਤ ਦੀ ਪੱਤਰੀ ਵੀ ਦੱਸਣ ਲੱਗ ਪਈ ਹੁਣ ਪੰਡਿਤ ਦੀ ਪੱਤਰੀ ਐਂ ਕਹਿੰਦੀ ਆ ਕਹਿੰਦੇ ਵੀ ਧਰਮਰਾਜ ਮੈਥੋਂ ਜਿਉਣ ਜਾ ਕੇ ਮੰਗਣ ਲੱਗ ਪਿਆ ਪੰਡਿਤ ਆਪਦੀ ਦੁਕਾਨਦਾਰੀ ਚਲਾਉਂਦਾ ਨਹੀਂ ਕਾਹਨੂੰ ਚਲਾਉਂਦਾ ਦੁਕਾਨਦਾਰੀ ਪੰਡਿਤ ਨੇ ਐਂ ਕਿਹਾ ਕਹਿੰਦਾ ਭਾਗ ਸਿਓ ਮੈਨੂੰ ਜਮਾਂ ਲਾਲਚ ਨਹੀਂ ਹੈਗਾ ਜਿੱਥੋਂ ਮਰਜ਼ੀ ਕਰਾ ਲਾ ਆਪਦਾ ਹੈਂ ਕਹਿੰਦਾ ਖਬਰ ਹੈ ਤੇਰੇ ਮਰਨ ਤੋਂ ਬਾਅਦ ਕਿਸੇ ਨੇ ਤੇਰੇ ਚੌਲਾਂ ਕੜਾਹ ਕੱਢਣਾ ਕਿ ਨਾ ਕੱਢਣਾ ਹੈ ਕੋਈ ਕਿਰਿਆ ਕਰਮ ਕਰਾਊਗਾ ਕਿ ਨਾ ਕਰਾਊਗਾ ਪੰਡਿਤ ਦੇ ਪਿੱਛੇ ਨਾ ਸੁੱਖੀ ਸੰਦੀ ਇਹੋ ਜਿਹੀਆਂ ਗੱਲਾਂ ਨਾ ਮੂੰਹ ਚੋਂ ਕੱਢੋ ਓਏ ਕਾਨੂੰਨ ਨਾ ਕੱਢਾਂ ਤੈਨੂੰ ਐਂ ਪਤਾ ਵੀ ਆਪਣੇ ਘਰ ਉੱਪਰ ਦੀ ਪੰਡਿਤ ਵੈਸੇ ਧਰਮਰਾਜ ਦੋ ਗੇੜੇ ਮਾਰ ਗਿਆ ਉੱਪਰ ਦੀ ਨਾਲ ਵਿਆਹ ਮਾਤਾ ਦੀ ਬਠਾਈ ਹੋਈ ਨਾਲ ਉਹਦੇ ਮੈਨੂੰ ਤਾਂ ਦੇਖਿਆ ਨਹੀਂ ਤੁਹਾਨੂੰ ਧਰਮਰਾਜ ਦਿਖਣ ਲੱਗ ਗਿਆ ਤੈਨੂੰ ਨਹੀਂ ਦੀਂਦਾ ਜਿਹੜੇ ਬੰਦੇ ਦੀ ਮੌਤ ਲਵੇ ਹੁੰਦੀ ਆ ਉਹਨੂੰ ਦਿਖਦਾ ਹੁੰਦਾ ਧਰਮਰਾਜ ਉਹਨੂੰ ਪਹਿਲੀ ਨਛੱਤਰ ਦਿਖਾਈ ਦੇਣ ਲੱਗ ਜਾਂਦੇ ਨੇ ਮੂਹਰਲੇ ਹੈਂ ਜਦੋਂ ਦੇ ਤੁਸੀਂ ਇਸ ਘਰ 'ਚ ਆਏ ਉਦੋਂ ਦੀਆਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਏ ਹੋ ਗੱਲਾਂ ਕਰਨ ਔਰ ਕੀ ਕਰਾਂ ਕੱਲ੍ਹ ਪੈਦਾ ਖਾਮ ਖਾਲਾ ਬਲਾ ਗਲ ਉਹ ਪੈ ਗਈ ਮੇਰੇ ਉਈ ਹੈਂ ਉਈ ਤਾਂ ਉਹ ਤਲਾਉਣ ਲੱਗ ਪਈ ਆਹ ਤੜਕੇ ਆਈ ਮਾਸੀ ਹੈਂ ਇਹ ਮੈਨੂੰ ਕਹਿੰਦੀ ਕਹਿੰਦੀ ਹਾਂ ਕਹਿੰਦੀ ਤੇਰੇ ਤੋਂ ਦਿਨ ਨੇੜੇ ਲੱਗ ਗਏ ਹੁਣ ਤੁਸੀਂ ਉੱਧਰ ਗਏ ਕੀ ਕਰਨ ਸੀ ਗਿਆ ਸੀ ਉਹਦੇ ਜੰਮਣ ਵਾਲੇ ਨੂੰ ਰੋਣ ਮਾਥੇ ਉਹਦਾ ਮੈਨੂੰ ਪੰਡਿਤ ਨੇ ਕਿਹਾ ਕਹਿੰਦਾ ਵੀ ਜਿਉਣ ਜਾ ਕਿਤਰਾ ਫੇਰ ਲੱਗੂਗਾ ਭਰਪੂਰ ਸਿੰਘ ਵੀ ਚਾਰੇ ਖੂੰਜਿਆਂ ਦੀ ਪੁਰਾਣੇ ਘਰ ਦੀ ਮਿੱਟੀ ਚੱਕ ਲਿਆ ਹੈਂ ਮੈਂ ਤਾਂ ਮਿੱਟੀ ਚੱਕਣ ਗਿਆ ਸੀ ਹੋਰ ਕੀ ਕਰਨ ਗਿਆ ਸੀ ਮੈਂ ਹਾਂ ਉਹਨੇ ਤਾਂ ਕਲੈਣੀ ਜੀ ਨੇ ਬਣਾਤਾ ਨਾ ਮਿੱਟੀ ਦਾ ਸੋਨਾ ਮੈਂ ਦੱਸ ਕੀ ਕਰਾਂ ਮੈਂ ਤਾਂ ਨੇਮ ਵਾਲੀ ਗੱਲ ਮੈਂ ਤਾਂ ਉਹੀ ਨਹੀਂ ਸੋਨਾ ਚੱਕਿਆ ਹੈਗਾ ਹੈ ਮੈਂ ਤਾਂ ਮਿੱਟੀ ਦੀਆਂ ਮੁੱਠੀਆਂ ਲਿਆ ਚੱਕ ਕੇ ਦਿਓ ਹਾਂ ਮਿੱਟੀ ਦੀਆਂ ਮੁੱਠੀਆਂ ਚੰਗੀਆਂ ਲਿਆਏ ਅਗਲੀ ਨੇ ਤਾਂ 2.5 ਤੋਲੇ ਸੋਨਾ ਪਾਤਾ ਸਿਰ ਮਾੜੇ ਕਰਮ ਤਾਂ ਮੇਰੇ ਨੇ ਕਹਿੰਦਾ ਹੈ ਕੱਲ੍ਹ ਅਗਲੇ ਪੰਚਾਇਤ 'ਚ ਬੈਠਣਗੇ ਫਿਰ ਬੈਠੇ ਨੇ ਬੈਠੇ ਜਾਂਦੇ ਹੁਣ ਜਦੋਂ ਮੇਰਾ ਭਾਈ ਉਹ ਮਾੜਾ ਨਿਕਲ ਗਿਆ ਮੇਰਾ ਭਾਈ ਨਹੀਂ ਮੇਰਾ ਸਾਥ ਦਿੰਦਾ ਮੈਂ ਤਾਂ ਕੀ ਕਰਾਂ ਅਗਲੀ ਤਾਂ ਤੂੰ ਤਾਂ ਲਾ ਗਈ ਕਿ ਮੇਰੀ ਤਾਂ ਕੁੜੀ ਦੀ ਬਈ ਇੱਜ਼ਤ ਤੇ ਹੱਥ ਪਾਉਂਦਾ ਸੀ ਬਹੁਤ ਔਖਾ ਹੁਣ ਸੁੱਖੀ ਸਾਂਦੀ ਨਾ ਰਹੋ ਤੁਸੀਂ ਚਲੋ ਉਧਰ ਤੁਸੀਂ ਤਿਆਰ ਹੋ ਜਾਓ ਆਪਾਂ ਤਾਏ ਦੇ ਭੋਗ ਤੇ ਚੱਲਦੇ ਉਧਰ ਤਾਏ ਕਿਆ ਨੇ ਖੰਡ ਪਾਠ ਖਾਇਆ ਹੋਇਆ ਨਹੀਂ ਮੈਂ ਨਹੀਂ ਜਾਂਦਾ ਹੈਗਾ ਕਿਤੇ ਹੋ ਜਾਓ ਤਿਆਰ ਤੁਹਾਡਾ ਮਨ ਹੋ ਜਾਊਗਾ ਮੈਂ ਨਹੀਂ ਜਾਂਦਾ ਕਿਤੇ ਭਾਈ ਮੇਰਾ ਨਹੀਂ ਦਿਲ ਕਰਦਾ ਜਾਣ ਨੂੰ ਮਨ ਥੋੜਾ ਜਿਹਾ ਨਾਲੇ ਉਹਨਾਂ ਦੀ ਰੱਖੀ ਜਾਊਗੀ ਮੈਂ ਨਹੀਂ ਜਾਂਦਾ ਤੂੰ ਜਾਣਾ ਵਗ ਜਾ ਨਹੀਂ ਜਾਣਾ ਨਾ ਜਾ ਅਸਲ ਵਿੱਚ ਤੂੰ ਰਹਿ ਜਾ ਇੱਥੇ ਮੇਰਾ ਚਿੱਤ ਨਹੀਂ ਲੱਗਦਾ ਹੈਗਾ ਝੱਟ ਘੜੀ ਜਾਵਾਂ ਮੱਥਾ ਟੇਕ ਕੇ ਆ ਜਾਊਂਗੀ ਜਾ ਜਾ ਤੁਸੀਂ ਬਲੱਡ ਦੀ ਗੋਲੀ ਖਾਧੀ ਸੀ ਅੱਜ ਓਏ ਖਾ ਲਈ ਤੂੰ ਬਹਿ ਜਾ ਵਗ ਜਾ ਵਗ ਜਾ ਪਾਣੀ ਮਮਾ ਰਹਿਣ ਦੇ ਆਪੇ ਪੀ ਲੂੰ ਜਾ ਕੇ ਮੈਂ ਝੱਟ ਘੜੀ ਹੁਣੇ ਜਾ ਕੇ ਆ ਜਾਂਦੀ ਹਾਂ ਜੇ ਜਾਣਾ ਵਗ ਜਾ ਉਹੀ ਟੱਪੀ ਜਾਂਦੀ ਹੈ ਹੈਂ ਨਹੀਂ ਜਾਣਾ ਨਾ ਜਾ ਪੈ ਜਾਓ ਤੁਸੀਂ ਮੈਂ ਪਾਣੀ ਲਿਆ ਕੇ ਦਿੰਦੀ ਹਾਂ ਤੁਹਾਨੂੰ ਤੇਰੇ ਬਣਾ ਹੋਰ ਕੌਣ ਕਰੂ ਕੰਮ ਹੁਣ ਤੂੰ ਹੀ ਤਾਂ ਹੈ ਦੇਖ ਲਈ ਯਾਰ ਕਿਤੇ ਤੂੰ ਉਹੀ ਆ ਚਾਰ ਕੁ ਕਿੱਲੇ ਦੇਖ ਲਈ ਮੈਂ ਤਾਂ ਬਥੇਰਾ ਮੱਥਾ ਮਾਰ ਲਿਆ ਪਰ ਕੋਈ ਨਹੀਂ ਪਿਆ ਕਿੱਧਰ ਬੈਠਾ ਪਰਸੋਂ ਆ ਜਾਂਗੇ ਫਿਰ ਉਹ ਕਿਵੇਂ ਆ ਜੋਗਿਆ ਕੀ ਆਣਾ ਚਾਹੁੰਦਾ ਕਿੱਧਰ ਤੁਰਿਆ ਫਿਰਦਾ ਤੂੰ ਓਏ ਮੈਂ ਤਾਂ ਮੈਂ ਸਾਜੇ ਖੋਲਣ ਆਇਆ ਸੀਗਾ ਮੈਨੂੰ ਤੂੰ ਦੇਖ ਗਿਆ ਚੱਲ ਵਧੀਆ ਕੀਤਾ ਹਾਂ ਹੋਰ ਕੀ ਚੱਲ ਰਿਹਾ ਅੱਜ ਕੱਲ੍ਹ ਹੋਰ ਬਸ ਕੁਛ ਨਹੀਂ ਤੂੰ ਸੁਣਾ ਜ਼ਮੀਨ ਜੀ ਦੇਖਦਾ ਫਿਰਦਾ ਸੀ ਬਣਿਆ ਕੰਮ ਕਿੱਥੇ ਬਣ ਗਿਆ ਤੈਨੂੰ ਵੀ ਕਿਹਾ ਸੀ ਜ਼ਮੀਨ ਬਾਰੇ ਤਾਂ ਮੈਂ ਤਾਂ ਕਿਹੜਾ ਕਰਾਤਾ ਮੇਰਾ ਉਹ ਕਾਹਨੂੰ ਕੰਮ ਤਾਂ ਤੇਰਾ ਬਣ ਗਿਆ ਸੀਗਾ ਉਹ ਬਸ ਮੈਂ ਇੱਕ ਮਸਲੇ ਜੇ ਚੁਲਝ ਗਿਆ ਐਨੇ ਨੂੰ ਉਹਨੇ ਠੇਕੇ 'ਤੇ ਚੜ੍ਹਾਤੀ ਮਸਲਾ ਕਿਹੜਾ ਓਏ ਉਹ ਕੁਛ ਨਹੀਂ ਉਹ ਤਾਂ ਨਿਬੜ ਗਿਆ ਉਹ ਤਾਂ ਛੱਡ ਤੂੰ ਦੱਸ ਕੋਈ ਨਾ ਪਤਾ ਹੱਲ ਕੱਢ ਦੀਏ ਕੋਈ ਉਹ ਨਹੀਂ 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 ਕੋਈ ਐਡੀ ਗੱਲ ਨਹੀਂ ਹੈਗੀ ਉਹ ਤਾਂ ਨਿਬੜ ਗਈ ਉਹ ਫੇਰ ਵੀ ਦੱਸਤਾ ਸਹੀ ਉਹ ਨਹੀਂ ਹੈਗਾ ਯਾਰ ਸੋਡੇ ਵਾਲਾ ਭਾਗੂ ਹਾਂ ਉਹ ਯਾਰ ਮੇਰੀ ਤਾਂ ਨਾੜ ਜੀ ਚੜ ਗਈ ਸੀ ਮੈਂ ਤੇਰੀ ਭਰਜਾਈ ਨੂੰ ਭੇਜਤਾ ਉਹ ਲੈਣਾ ਹਾਂ ਆਪਣਾ ਸੁੱਕਾ ਲੈਣ ਭੇਜਤਾ ਹਾਂ ਅਤੇ ਹੁਣ ਉੱਥੇ ਕੋਈ ਗੰਦੀ ਜਿਹੀ ਸ਼ਰਾਰਤ ਕਰਤੀ ਤਾਂ ਇੱਥੋਂ ਨਹੀਂ ਸਰਿਆ ਫਿਰ ਕੁਛ
ਉਹ ਕਾਨੂੰਨੀ ਸਰਿਆ ਯਾਰ, ਮੈਂ ਵੀ ਘਰੇ ਵੜ ਗਿਆ ਦੀ ਜਾ ਕੇ, ਫਿਰ ਕੀ ਮੈਂ ਤਾਂ ਗੰਡਾਸਾ ਲੈ ਕੇ ਵੱਗ ਗਿਆ। ਅੱਛਾ, ਉਹਨੇ ਤਾਂ ਤੀਵੀਂ ਮੂਹਰੇ ਕਰਤੀ, ਹੁਣ ਤੈਨੂੰ ਪਤਾ ਤੀਵੀਂ ਮੂਹਰੇ ਕਿੱਥੇ ਚੱਲਦੀ ਆਪਣੀ, ਆਪਾਂ ਚੁੱਪ ਕਰ ਗਏ ਬਈ। ਓਏ ਕਮਲਿਆ, ਇਹੀ ਤਾਂ ਪੈਸੇ ਬਣਾਉਣ ਦਾ ਟਾਈਮ ਹੁੰਦਾ, ਜੇ ਮੈਂ ਹੁੰਦਾ 2-2.5 ਲੱਖ ਰੁਪਇਆ ਬਣਾਉਂਦਾ, ਨਾਲੇ ਗੋਡੀ ਹੱਥ ਲਵਾਉਂਦਾ ਉਹ ਤੋਂ। ਉਹ ਕਾਨੂੰ ਯਾਰ, ਲੋਕਾਂ ਨੇ ਤਾਂ ਆਪਣੀ ਤੇਰੀ ਭਰਜਾਈ ਨੂੰ ਮਾੜਾ ਕਹਿਣਾ ਸੀਗਾ, ਤੈਨੂੰ ਪਤਾ ਤਾਂ ਹੈਗਾ ਝੁੱਗਾ ਚੱਕੇ ਤੋਂ ਆਪਦੀ ਢਿੱਡ ਨੰਗਾ ਹੁੰਦਾ ਗਾ ਯਾਰ। ਉਹ ਚੰਦ, ਲੋਕਾਂ ਨੇ ਤਾਂ ਜਿਹੜਾ ਕਹਿਣਾ ਉਹ ਕਹੀ ਦੇਣਗੇ, ਹੁਣ ਤੇਰੀ ਮਰਜ਼ੀ ਆ, ਗਰੀਬ ਬੰਦਾ ਜੇ 2 ਰੁਪਇਆ ਬਣਾ ਰਹੇਗਾ ਕੋਈ ਠੀਕ ਆ ਨਹੀਂ। ਓਏ ਯਾਰ ਮਿੱਟੀ ਪਾ ਦੇ, ਉਹਨਾਂ ਗੱਲ ਨੂੰ ਦੱਬ ਦੇ, ਆਹ ਗੱਲ ਨਹੀਂ ਕਰਨੀ ਆਪਾਂ ਨੇ। ਚੱਲ ਮਰਜ਼ੀ ਹੈ ਤੇਰੀ, ਜੇ ਮੇਰੀ ਲੋੜ ਹੋਈ ਤਾਂ ਦੱਸ ਦੀ। ਓਏ ਜੇ ਕੋਈ ਹੋਰ ਮਸਲਾ ਹੁੰਦਾ ਫਿਰ ਤਾਂ ਆਪਾਂ ਜਾ ਕੇ ਗਲੇ 'ਚ ਹੱਥ ਪਾਲਾ ਦੇ ਉਹਦੇ, ਹੁਣ ਤੈਨੂੰ ਪਤਾ ਹੀ ਹੈਗਾ ਯਾਰ ਮਸਲਾ ਤਾਂ ਘਰੇ ਹੀ ਸੀ ਗਲੇ 'ਚ ਹੱਥ ਪਾਉਣ ਵਾਲਾ, ਇੱਜ਼ਤ ਬਹੁਤ ਵੱਡੀ ਗੱਲ ਹੁੰਦੀ ਆ। ਓਏ ਯਾਰ ਮੈਂ ਤਾਂ ਹੀ ਨਹੀਂ ਗੱਲ ਕਰਦਾ ਜੀ ਤੇਰੇ ਕੋਲ, ਤੂੰ ਵੀ ਯਾਰ ਉਂ ਕਰੀ ਜਾਂਦਾ। ਚੱਲ ਭਾਈ, ਮੇਰੇ ਤਾਂ ਫਰਜ਼ੀ ਸੀ। ਮੈਂ ਤਾਂ ਮੈਸਾ ਲੈ ਕੇ ਜਾਵਾਂ। ਡਿੰਪਲ ਸਿੰਗਲਾ ਜੀ, ਨਮਸਕਾਰ ਜੀ, ਨਮਸਕਾਰ। ਹਾਂ ਮੈਂ ਤਾਂ ਉਹੀ ਕੰਮ ਨੂੰ ਫੋਨ ਕਰਿਆ ਸੀਗਾ ਜੀ। ਨਹੀਂ ਭੱਜੇ ਤਾਂ ਨਹੀਂ ਜਾਂਦੇ ਜੀ, ਹੁਣ ਪੇਮੈਂਟ ਤਾਂ ਕਰਨੀ ਹੈ ਜੀ। ਤੁਸੀਂ ਤਾਂ ਕਰਾ ਕੇ ਸੈਲਰ ਦਾ ਮਹੂਰਤ ਨਾ ਹਾਂ ਨਾ ਹੂੰ, ਉਹ ਤਾਂ ਤੁਸੀਂ ਮਹਿੰਗੇ ਮਹਿੰਗੇ ਪਕਵਾਨ ਬਣਾ ਦਿੰਦੇ ਹੋ, ਖਵਾ ਦਿੰਦੇ ਹੋ ਸਾਰੀ ਦੁਨੀਆ ਨੂੰ, ਪੰਡਿਤ ਦੀ ਪੇਮੈਂਟ ਵਾਰੀ ਤੁਸੀਂ ਐਂ ਕਰਨ ਲੱਗ ਜਾਂਦੇ ਹੋ। ਸਾਡੇ ਕੀ ਹਾਲ ਚੱਲਦੇ ਨੇ ਫਿਰ, ਅਸੀਂ ਤਾਂ ਜਜ਼ਮਾਨਾ ਸਿਰ ਤੂੰ ਹੀ ਖਾਣਾ। ਕਮਾਲ ਹੈ ਸਿੰਗਲਾ ਸਾਹਿਬ, ਕੀ ਗੱਲਾਂ ਕਰਦੇ ਹੋ ਜੀ ਤੁਸੀਂ, ਇਹ ਪੇਮੈਂਟ ਕਰ ਜਾਓ ਜੀ ਮੇਰੀ, ਮੈਨੂੰ ਨਹੀਂ ਪਤਾ ਜੀ ਫਿਰ ਫਿਰ ਨਾ ਕਿਉਂ ਗ੍ਰਹਿਆਂ ਦੀ ਚਾਲ ਬਦਲਤੀ। ਹਾਂ ਹਾਂ ਹਾਂ, ਬਸ ਮੇਰਾ ਸੁਭਾਅ ਨਹੀਂ ਹੈਗਾ ਫਿਰ। ਆ ਜਾਈਏ ਪੰਡਿਤ ਜੀ, ਆ ਜਾਓ ਭਾਈ, ਦਿਮਾਗ ਖਰਾਬ ਕਰ ਦਿੰਦੇ ਨੇ ਭਾਈ ਵੀ ਇਹ ਕੰਮਾਂ 'ਚ ਕਾਹਦੀ ਧਾਰਾ ਦੱਸ। ਮਹਾਰਾਜ ਪੰਡਿਤ ਜੀ, ਮਹਾਰਾਜ ਤੁਸੀਂ ਨਾ ਗਰਮ ਹੋਇਆ ਕਰੋ, ਇਹਦਾ ਜੱਟਾਂ ਜ਼ਿਮੀਂਦਾਰਾਂ ਦੇ ਕੰਮ ਹੁੰਦੇ ਨੇ ਤੱਤੇ ਹੁਣੇ। ਮੈਂ ਵੀ ਜੱਟਾਂ ਵਰਗਾ ਹੀ ਹੋ ਗਿਆ ਭਾਈ, ਹੁਣ ਖੁਸ਼ ਰਹੋ, ਕੰਮ ਕਰਾ ਕੇ ਭਾਈ ਪੈਸੇ ਨਹੀਂ ਦਿੰਦੇ, ਵੀ ਇਹ 'ਚ ਕਾਹਦੀ ਧਾਰ ਹੈ ਦੱਸ, ਧਾਰ ਵਾਲਾ ਕੰਮ ਹੈ ਕੋਈ ਇਹ। ਇੱਧਰ ਬਹਿ ਜਾ ਭਾਈ, ਕੋਈ ਗੱਲ ਨਹੀਂ, ਭਾਗ ਸਿੰਘ ਇੱਧਰ ਆ ਜਾਓ, ਨਾ ਥੱਲੇ ਵੀ ਠੀਕ ਹੈ, ਨਾ ਤੂੰ ਨਾਲੇ ਦੱਸੀ ਕਹੇ ਜਾਂਦੇ ਨਵੇਂ ਲਿਆਉਂਦੇ ਨੇ, ਇੱਧਰ ਆ ਜਾ। ਕਿਸੇ ਦੇ ਕਿਰਿਆ ਕਰਮ ਕਰਾਈਏ ਉਹ ਨਹੀਂ ਪੈਸੇ ਦਿੰਦੇ, ਵੀ ਕਮਾਲ ਆ ਵੀ ਇਹ ਕੰਮਾਂ 'ਚ ਵੀ ਧਾਰ। ਗੁੱਦਗਦੱਲਾ ਪੰਡਿਤ ਜੀ, ਹੈ ਇਹ ਤਾਂ ਬਾਈ ਸੁਨਾਮ ਤੋਂ ਭੇਜੇ ਨੇ ਲਾ ਲਿਆ ਨੇ, ਉਹਨਾਂ ਦਾ ਮਹੂਰਤ ਜਿਹਾ ਕਰਕੇ ਆਇਆ ਜੀ ਮੈਂ ਹੈਂਡਲੂਮ ਦਾ, 7-8 ਹਜ਼ਾਰ ਦੇ ਤਾਂ ਇਹ ਤਾਂ ਬਹੁਤ ਮਹਿੰਗੇ ਨੇ ਭਾਈ, ਆਪਣਾ ਕਿਹੜਾ ਪੈਸਾ ਲੱਗਿਆ ਭਾਈ। ਚਲੋ ਹੈਂ, ਚਲੋ ਅੱਛਾ ਸ਼ਰਧਾ ਜੀ, ਆਹ ਮਿੱਟੀ ਲੈ ਕੇ ਆ ਗਈ, ਲੈ ਵੀ ਆਇਆ ਚਾਰੇ ਖੁੰਡੇ, ਬਾਹਾਂ ਬਹੁਤ ਮੁਸ਼ਕਲ ਚੱਕ ਕੇ ਲੈ ਕੇ ਆਇਆ, ਬਹੁਤ ਤੇਜ਼ ਆ ਭਾਈ ਤੂੰ, ਐਰਾ ਦਾ ਵੀ ਜਿਵੇਂ ਕਬੱਡੀ ਦਾ ਖਿਡਾਰੀ ਮਹਾ ਨੰਬਰ ਲੈ ਕੇ ਆਉਂਦਾ ਜਾਲ ਖੇਡ ਕੇ, ਉਵੇਂ ਲਿਆ ਜਾ ਕੇ ਮੈਨੂੰ ਪਤਾ ਕਿਵੇਂ ਲਿਆ ਜਾ ਕੇ ਮੈਂ। ਹੈਂ ਲੈ ਭਾਈ ਇਹ ਕੰਮ ਤਾਂ, ਹਾਂ ਇਹ ਤਾਂ ਤੇਰਾ ਹੋ ਗਿਆ ਕੰਮ, ਇੰਨਾ ਕੀ ਕਰਤਾ ਕੰਮ। ਹਾਂ ਇਹ ਮੈਂ ਲਵੇ ਰੱਖ ਲੈਣਾ, ਜਿੱਦੇ ਮੈਂ ਆਊਂਗਾ ਨਾਲ ਲੈ ਕੇ ਆਊਂਗਾ। ਠੀਕ ਹੈ, ਮੈਂ ਤਾਂ ਤੁਹਾਨੂੰ ਦੱਸਣ ਲੱਗਾ ਪੰਡਿਤ ਜੀ, ਅੱਜ ਤਾਂ ਹੋਰ ਹੀ ਕੁਛ ਹੋ ਗਿਆ ਜੀ, ਅੱਜ ਤਾਂ। ਅੱਜ ਕੀ ਹੋ ਗਿਆ, ਹੈਂ ਕੀ ਹੋ ਗਿਆ? ਮੈਂ ਪੁੱਛੋ ਨਾ, ਮੈਂ ਤਾਂ ਮੈਨੂੰ ਪਤਾ ਮੇਰੀ ਜਾਨ ਕਿਵੇਂ ਬਚਿਆ, ਖੇਤ ਗਿਆ ਮੈਂ ਸੁੱਚ ਲਾਉਣ ਮੋਟਰ ਦੀ। ਹਾਂ ਹੈਂ, ਕਰੰਟ ਲੱਗ ਗਿਆ, ਕਰੰਟ ਕਾਹਨੂੰ ਲੱਗ ਗਿਆ ਜੀ, ਹੋਰ ਹੀ ਕੁਛ ਹੋ ਗਿਆ ਜੀ, ਮੇਰੇ ਤਾਂ ਭਾਵੇਂ ਦਾ 302 ਦਾ ਪਰਚਾ ਹੁੰਦਾ, ਉਹ ਬਲਾਤਕਾਰ ਦਾ ਪਰਚਾ ਪੈਂਦਾ ਮੇਰੇ ਤੋਂ ਤਾਂ, ਹੈਂ ਪੰਡਿਤ ਚੁਕਾਉਣ ਲੱਗ ਗਿਆ ਮੈਨੂੰ, ਕਹਿੰਦੀ ਵੀ ਤੈਂ ਮੈਨੂੰ ਹੱਥ ਲਾਇਆ ਤੀਵੀਂ ਜਿਹੜੀ ਛੇੜਤਾ। ਅੱਛਾ, ਮਹਾਂ ਮੱਲੋ ਮੱਲੀ ਮੈਂ, ਇਹ ਤਾਂ ਕਹੋ ਸਤਿਗੁਰ ਪਰਮੇਸ਼ਵਰ ਨੇ ਹੱਥ ਦਿੱਤਾ, ਰੱਖਤੀ ਲੂਣਾ ਬੈਰਨ ਆ ਗਈ ਤੇ ਫਿਰ ਮਰਦਾ ਭਾਈ ਮਰਦਾ ਤੇ ਕੋਈ ਯਕੀਨ ਨਹੀਂ, ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਹੁੰਦਾ ਮਰਦਾ ਇਹਨਾਂ 'ਤੇ ਕੋਈ ਯਕੀਨ ਨਹੀਂ ਹੈਗਾ,
ਬਿੰਦੇ ਝੱਟੇ ਬਦਲ ਜਾਂਦੀਆਂ ਨੇ। ਆ ਭੈਣ ਮਰਾਵੇ ਖੜ ਕੇ ਮਾਦਾ ਮੁੱਦਾ ਜੀ ਨੂੰ ਮੇਰੀ ਤੀਵੀਂ ਤੋਂ ਪੈਂਦਾ ਛੜਾ, ਮੈਂ ਬਹੁਤ ਔਖਾ ਬਣ ਉਹ ਤਾਂ ਬਈ ਵਿਆਹ ਮਾਤਾ ਜੀ ਦੀ। ਫਿਰ ਹੋਰ ਦੱਸਦਾ ਤੁਹਾਨੂੰ ਮੈਂ ਗੱਲ, ਚੱਲ ਉਹ ਵਿਆਹ ਮਾਤਾ ਦੀ, ਮੈਂ ਕਹਿੰਦਾ ਸਿਉਨੇ ਤੋਂ ਮਿੱਟੀ ਹੁੰਦਾ ਤਾਂ ਦੇਖਿਆ, ਅਗਲਾ ਕਹਿੰਦਾ ਸਿਉਨੇ ਤੋਂ ਮਿੱਟੀ ਬਣ ਗਿਆ, ਤੇਰਾ ਨਰਕ 'ਚ ਗਿਆ, ਗਰਕ ਗਿਆ ਸਾਰਾ ਕੁਛ। ਮਿੱਟੀ ਦਾ ਸਿਉਨਾ ਮੈਂ ਪਹਿਲੀ ਵਾਰ ਬਣਦਾ ਦੇਖਿਆ। ਕਿੱਥੇ ਬਣ ਗਿਆ ਮਿੱਟੀ ਤੋਂ ਸਿਉਨਾ? ਮੈਂ ਜੱਸੇ ਦੇ ਘਰੋਂ ਚਾਰੇ ਖੂੰ ਜਦੋਂ ਮਿੱਟੀ ਚੱਕੀ, ਜੱਸੇ ਦੀ ਗਾਂ ਜਿਹੜੀ ਸੱਸ ਸਾਰੀ ਆ ਬੌਲੀ ਜੀ, ਉਹ ਨਹਾਉਂਦੀ ਨਹੀਂ ਕਰਦੀ ਨਹੀਂ, ਮੁਸ਼ਕੰਬਾ ਘਰ ਉੱਥੇ ਹੈ। ਅੱਗੇ ਮੈਨੂੰ ਕਹਿੰਦੀ ਤੂੰ ਮੇਰਾ 2.5 ਤੋਲੇ ਸਿਉਨਾ ਚੱਕ ਕੇ ਲੈ ਗਿਆ। 2.5 ਤੋਲੇ? ਹਾਂ, ਵਧੋ ਵਧੀ ਲੈ ਵੀ ਮਾਇਆ, ਇੰਨਾ ਵਧੀਆ ਬੰਦਾ ਕਿ ਮੈਂ ਸੋਨਾ ਥੋੜ੍ਹੀ ਚੋਰੀ ਕਰੂੰਗਾ। ਹੁਣ ਤੁਸੀਂ ਦੇਖੋ ਇਲਜ਼ਾਮ ਕਿਹੋ ਜਿਹੇ ਲੱਗਦੇ ਮੇਰੇ 'ਤੇ ਹੈ, ਦਰਵੇਸ਼ 'ਤੇ। ਤਾਂ ਹੀ ਤੈਨੂੰ ਕਹਿਣਾ ਮਾਦਾ 'ਤੇ ਯਕੀਨ ਨਾ ਕਰੇ ਕਦੇ ਵੀ, ਆਪਦੇ ਕਹਿੰਦੀ ਉਹ ਸਹੀ ਰਹੇ। ਹੁਣ ਮੈਨੂੰ ਐਂ ਦੱਸ ਵੀ ਮੈਂ ਸਿਉਨਾ ਕਿਉਂ ਚੱਕੂੰਗਾ ਭਲਾ? ਪਤਾ ਗੱਲ ਕੀ ਹੁੰਦੀ ਇਹ, ਮੈਂ ਤੈਨੂੰ ਸਮਝਾਉਣਾ ਗੱਲ। ਹੁਣ ਜੇ ਤਾਂ ਤੇ ਸਿਉਣਾ ਚੱਕਿਆ ਹੁੰਦਾ ਫਿਰ ਤਾਂ ਤੂੰ ਵਾਪਸ ਕਰ ਦਿੰਦਾ, ਉੱਤਰ ਪੁੱਤਰ ਹੋ ਗਿਆ ਸੀ ਕੰਮ। ਹੁਣ ਤਾਂ ਐਂ ਸਿਉਣਾ ਨਾਲੇ ਚੱਕਿਆ ਨਹੀਂ, ਦੇਖ ਵਿਆਹ ਮਾਤਾ ਨੇ ਮੰਗ ਲਿਆ, ਵਿਆਹ ਮਾਤਾ ਨੇ ਮੰਗਿਆ, ਉਹ ਤੈਂ ਸਿਉਣਾ ਚੱਕਿਆ ਨਹੀਂ, ਉਹ ਸਿਉਣਾ ਤੈਨੂੰ ਦੇਣਾ ਪਊਗਾ। ਵਿਆਹ ਮਾਤਾ ਨੇ ਨਹੀਂ ਮੰਗਿਆ ਜੀ, ਮੰਗਿਆ ਉਹਦੇ ਜੱਸੇ ਦੀ ਮਾਸੀ ਨੇ ਮੰਗਿਆ। ਪਰਮਾਤਮਾ ਤਾਂ ਕਦੇ ਆਪ ਆਉਂਦਾ ਦੇਖਿਆ, ਇਨਸਾਨਾਂ ਦੇ ਰੂਪ 'ਚ ਹੀ ਆਉਂਦਾ। ਹੁਣ ਵਿਆਹ ਮਾਤਾ ਦੇਖ ਲੈ, ਜਿਵੇਂ ਉਹਦੇ ਧਰਮ ਰਾਜ ਦਾ ਝੋਟਾ ਉਹ ਕਾਲੇ ਜੇ ਦੇ ਰੂਪ 'ਚ ਆਇਆ ਨਾ, ਆਇਆ ਨਾ, ਫਿਰ ਆਈਆਂ ਬਸ ਵਿਆਹ ਮਾਤਾ ਉਹਦੇ ਵਿੱਚ ਦੀ ਆ ਗਈ। ਆਪਦਾ ਗਹਿਣਾ ਮੰਗਦੀ ਆ ਉਹ, ਗਹਿਣਾ ਤਾਂ ਆਪਾਂ ਉਹ ਵੀ ਚੱਕ ਕੇ ਧਰ ਦਿੰਦੇ ਹਾਂ ਮੱਥਾ ਟੇਕ ਕੇ, ਆਪਾਂ ਕਹਿੰਦੇ ਵੀ ਆਹ ਗਹਿਣਾ ਚੱਕ ਦੇਣਾ ਪਊ, ਦੇਣਾ ਪਊਗਾ ਭਾਈ। ਇਹ ਤਾਂ ਫਿਰ 3 ਲੱਖ ਦਾ ਗਹਿਣੇ ਬੜਾ ਭਾਰੀ ਮੰਗ ਲਿਆ, ਫਿਰ ਤੇਰਾ ਜਾਂਦਾ ਕੀ ਹੈ? ਸੱਚ ਲੈ ਹੋਰ ਦੱਸਾਂ ਗੱਲ, ਮੈਂ ਤਾਂ ਕੱਲ੍ਹ ਦੱਸਣੀ ਭੁੱਲ ਗਿਆ। ਸੁਪਨੇ ਦੇ ਵਿੱਚ ਪਰਸੋਂ ਜਾਨੀ ਕਿ ਐਂ ਲੱਗਿਆ ਮੈਨੂੰ ਵੀ ਸਾਡੇ ਜਿਹੜੇ ਵਿਹੜੇ ਦੇ ਵਿੱਚ ਝੋਟਾ ਤੁਰਿਆ ਫਿਰਦਾ ਧਰਮ ਰਾਜ ਦਾ, ਵਿਹੜੇ ਜਾ ਗਿਆ। ਹਾਂ, ਐਂ ਲੱਭੀ ਧਰਮ ਰਾਜ ਆ ਕੇ ਝੋਟਾ ਬੰਨਤਾ ਖੁਰਲੀ 'ਤੇ। ਫਿਰ ਤਾਂ ਸੰਕਟ ਹੈ, ਭਾਰੀ ਸੰਕਟ ਹੈ, ਭਾਰੀ ਸੰਕਟ। ਮੇਰੀ ਉੱਠੀ ਤੀਵੀਂ ਰਾਤ ਨੂੰ, ਕੁਦਰਤੀ ਚੱਕ ਕੇ ਲੇਟੀ ਤੀਮੀ ਨੇ ਝੋਟੇ ਦੇ ਮੂਹਰੇ ਰੱਖਤੀ, ਝੋਟੇ ਨੇ ਗੱਪੜ ਗੱਪੜ ਕਰਕੇ ਲੇਟੀ ਖਾ ਲਈ। ਖਾ ਲਈ? ਹਾਂ, ਖਾ ਗਿਆ ਲੇਟੀ, ਲੇਟੀ ਦਾ ਹੁੰਬ ਗਿਆ। ਚਲੋ ਸ਼ੁਕਰ ਹੈ, ਤੇਰਾ ਫਾਇਦਾ ਹੋ ਗਿਆ ਭਾਗ ਸਿੰਘ ਦੇ ਨਾਲ। ਕਿਆ? ਧਰਮ ਰਾਜ ਦਾ ਝੋਟਾ ਹੈ, ਤੇਰੇ ਘਰੋਂ ਖਾਣਾ ਖਾ ਗਿਆ, ਉਹ ਭੋਜਨ ਛੱਕ ਗਿਆ, ਉਹ ਭੋਜਨ ਪਾਣੀ ਛੱਕ ਲਿਆ ਉਹਨੇ, ਬਸ ਕੰਮ ਹੋ ਗਿਆ। ਹੁਣ ਨਹੀਂ ਤੈਨੂੰ ਕੁਛ ਕਹਿੰਦਾ ਉਹ, ਉਹਨੂੰ ਜਿਹੜੀ ਚੀਜ਼ ਚਾਹੀਦੀ ਤੀ ਬਸ ਤੁਸੀਂ ਨੇ ਭੋਜਨ ਛਕਾ ਤਾ ਉਹਨੂੰ। ਹੁਣ ਕੁਛ ਨਹੀਂ, ਹੁਣ ਕੁਛ ਨਹੀਂ ਕਰਦਾ, ਹੁਣ ਨਹੀਂ ਆਉਂਦਾ, ਮੁੜ ਕੇ ਨਹੀਂ ਆਉਂਦਾ, ਅੱਧਾ ਕੰਮ ਸੌਖਾ ਹੋ ਗਿਆ। ਇਹ ਤਾਂ ਝੋਟਾ ਤੇ ਹੜੂ ਕਰਦਾ, ਫੰਕਾਰੇ ਮਾਰੇ ਪਿੰਡ ਦੇ ਪਰਲੇ ਪਾਸੇ, ਸੁਣ ਫੰਕਾਰੇ, ਸੁਪਨਾ ਚੱਲ ਰਿਹਾ ਸੀ ਮੈਨੂੰ, ਊ ਨਹੀਂ ਸੀ। ਹਾਂ, ਚੰਗਾ ਪੰਡਿਤ ਜੀ, ਚੰਗਾ, ਊ ਤੇਰੇ ਗ੍ਰਹਿ ਟਲ ਗਏ। ਅੱਛਾ, ਹਾਂ, ਆਹ ਫਿਰ ਜੋਨ ਜੱਗ ਦਾ ਕਰੇ ਦਿਓ, ਫਿਰ ਇਹ ਕਰੂੰਗਾ ਮੈਂ, ਇਹ ਤਾਂ ਕਰਨਾ। ਇਹਦਾ ਮੰਤਰ ਮਾਰੋ ਵੀ ਜਿਹੜਾ ਜੱਸਾ ਮੇਰੇ ਲਵੇ ਲੱਗ ਜੇ, ਟੱਬਰ ਲਵੇ ਲੱਗ ਜੇ, ਮੈਨੂੰ ਨਹੀਂ ਸਰਦਾ ਭਾਈ ਉਹਨਾਂ ਬਿਨਾਂ। ਭਾਈਆਂ ਬਿਨਾਂ ਕਿੱਥੇ ਸਰਦਾ ਭਾਈ? ਹੋਰ, ਇਹਦਾ ਤੀਵੀਆਂ ਵੈਰ ਪਵਾਉਂਦੀਆਂ ਨੇ, ਮਾਦਾ ਵੈਰ ਪਵਾਉਂਦੀਆਂ ਨੇ, ਇਹ ਬਹੁਤ ਮਾੜੀ ਸ਼ਾਇ ਇਹ ਮਾਦਾ ਜਿਹੜੀ। ਭੈਣ ਦਾ ਕੁਲਚਾ ਮਰਾਵੇ ਮਾਦਾ ਖੜ ਕੇ ਮੇਰਾ ਪਿੰਡਾ ਛੜਾ। ਹੈਂ, ਉਹ ਕਹਿੰਦੇ ਆਪਣੇ ਪਿੰਡ ਫਿਲਮ ਬਣੂ। ਹਾਂ, ਫਿਰਦਾ ਬੰਬੇ ਵਾਲਾ ਮੰਡਲਾ ਕਿਹੜੇ ਕੱਢਦਾ। ਚੱਲ ਵਧੀਆ, ਫਿਰ ਤਾਂ ਪੂਰਾ ਸਵਾਦ ਲਵਾਂਗੇ ਆਪਾਂ, ਤੜਕੀ ਵੱਢ ਲਿਆ ਕਰਾਂਗੇ ਕੱਖ। ਸਹੀ ਗੱਲ ਹੈ, ਤੇ ਫਿਰ ਸਾਰਾ ਦਿਨ ਦੇਖਾਂਗੇ ਕੀ ਬਣਦਾ ਫਿਲਮ 'ਚ। ਦੇਖਾਂਗੇ ਤਾਂ ਹੈਗਾ, ਆਪਾਂ ਨੂੰ ਕਾਲੇ ਕੱਪੜਿਆਂ ਨੇ ਬਣ ਦੇਣਾ ਅੰਦਰ, ਉਹ ਕਾਹਨੂੰ ਨਹੀਂ ਬਣ ਦੇਣਾ, ਆਪੇ ਵੜ ਜਾਂਗੇ। ਉਹ ਤੂੰ ਬਣਾ ਲਿਆ? ਪਹਿਲੀ ਨਾੜੀ ਦਵੀ ਪਈ ਆ, ਇੱਧਰ ਬਹਿ ਜਾਣਾ ਮੈਂ, ਖੁਲ ਕੇ ਜੇ ਬਹਿ ਜਾ ਕਰੂ, ਤੂੰ ਵੀ ਵਿੱਚ ਫਸੀ ਜਾਂਦਾ ਉਹਨਾਂ। ਹੁਣ ਤਾਂ ਨੀ ਕਹਿੰਦੀ ਲਾਣੇਦਾਰ ਨੀ ਕੁਛ ਤੈਨੂੰ, ਐ ਕਿਵੇਂ ਕਹੂਗੀ? ਰਾਤੀ ਲਾ ਕੇ ਸੰਤਰੇ ਦਾ ਪਊਆ ਮੈਂ, ਲੱਤੀ ਲਤਾ ਗੁੱਟੀ ਆ। ਹਾਂ,
ਟੁੱਟੀਆਂ ਲੱਤਾਂ ਹੀ ਲੱਤਾਂ, ਤੇਰਾ ਬੂਥੇ ਬੂਥਾ ਘੁੱਟਦੀ ਆ ਉਹ ਪਤਾ ਹੀ ਆ ਮੈਨੂੰ। ਹੈਂ ਉਹ ਕਾਹਨੂੰ ਇਹੀ ਜਿਹਾ ਗੱਲਾਂ ਕਰੀ, ਇਹਨਾਂ ਨੂੰ ਕੁਛ ਨਹੀਂ ਘੁੱਟਦੀ ਹੈਗੀ, ਕੰਜਰ ਦਾ ਪਾਣੀ ਭਰਦਾ ਫਿਰਦੇ ਤੀਵੀ ਮੂਹਰੇ। ਉਹ ਕਾਹਨੂੰ ਤੈਨੂੰ ਪਤਾ ਤਾਂ ਹੈਗਾ ਮੇਰੀ ਜਨਾਨੀ ਤੇਜ਼ ਆ। ਸਾਲਿਆ ਕੋਈ ਦਵਾਈ ਦਵੂਈ ਖਾ ਲਾ ਉਹ ਤੂੰ, ਖਤਰਾ ਗੇਰਦਾ ਕਿਤੇ ਇਹੋ ਜਿਹੇ ਅੱਖਰ ਦੇ ਫਸੇਗਾ ਕਿਤੇ ਖਤਰਾਉਲ ਖਾ ਕੇ ਜਾਏਗਾ। ਉਹ ਦੇਸੀ ਦਵਾਈ ਚੱਲਦੀ ਆ ਤੈਨੂੰ ਕੀ ਪਤਾ, ਆ ਕਿਹੜਾ ਗਿਆ ਪੌੜ ਦੱਸ। ਉਹ ਕਿਵੇਂ ਆ ਬਾਈ, ਚੰਗੀ ਗੱਲ ਥੋੜੋ ਕਰਨੀ ਹੈ। ਤੇਰਾ ਤਾਂ ਬੜਾ ਵਧੀਆ ਮੂੰਹ ਹੈ ਮੇਰੇ ਸਾਲਾ ਖਰਬੂਜੇ ਵਰਗਾ, ਉਮਰ ਦੇ ਹਿਸਾਬ ਨਾਲ ਬੋਲਿਆ ਕਰ ਬਾਬਾ, ਉਹਨਾਂ ਡਾਂਗਾਂ ਨਾਲ ਖਾਣੀ ਕਿਤੇ ਖਾਈ ਨਾਲੇ ਹੋਰ ਇਹਨਾਂ ਕਿਤੇ ਗੰਦੀ ਮੰਦੀ ਬਣਾ ਦੀ ਫਿਲਮ ਇੱਥੇ ਪਿੰਡ 'ਚ, ਗੰਦੀ ਮੰਦੀ ਨਹੀਂ ਬਣਾਉਂਦੇ। ਮੇਰੀ ਗੱਲ ਸੁਣ, ਪੰਜਾਬੀ ਕਲਚਰ 'ਤੇ ਫਿਲਮ ਬਣਾ ਰਹੇ ਹਾਂ, ਜੱਸੇ ਕੇ ਖੇਤ ਵੇਖ ਕੇ ਆਇਆ ਉੱਥੇ ਬਣਾਵਾਂਗੇ ਫਿਲਮ। ਸਾਡੇ ਖੇਤ ਨਾ ਵੜ ਜੂ ਓਏ, ਤੂੰ ਸਾਲਾ ਲੱਗਦਾ, ਸਾਲਾ ਲੱਗਦਾ ਬੂਥਲੇ ਬੂਥਲੇ ਕੱਟੂ ਤੇਰਾ ਦੇ ਵਿੱਚ ਤੇਰੀ ਤੀਵੀਆਂ ਆਈਆਂ, ਡਾਂਗਾ ਮਾਰ ਮਾਰ ਕੱਢਿਆ ਹੋਇਆ ਜੱਸੇ। ਉਹ ਮੇਰੀ ਤਾਂ ਸੁਣ ਲਾ, ਉਹ ਮੇਰੀ ਤਾਂ ਸੁਣ ਲਾ, ਜਿਹੜੇ ਉਹ ਬੰਦੇ ਆਉਣਗੇ ਫਿਲਮਾਂ 'ਚ ਉਹ ਵੀ ਤੂੰ ਕਰੇਗਾ, ਸਾਰੇ ਹੀ ਆਪਾਂ ਕਰਨੇ ਆ। ਫਿਰ ਕਟਰੀਨਾ ਕੈਫ ਦਾ ਮੇਰੇ ਨਾਲ ਵੀ ਕਰਾ ਦੀ ਸੀ ਨਾ, ਇਹਦੇ ਨਾਲ ਨਾ ਰਿਹਾ ਗਾ ਤਾਂ ਹੀ ਇਹ ਹਰਕਤਾਂ ਕਰਦਾ। ਉਹ ਤਾਂ ਠੀਕ ਆ, ਮੈਂ ਕੀ ਕਹਿ ਰਿਹਾ ਮੇਰਾ ਸੀ ਕਰਵਾ ਦੂੰਗਾ, ਕਰਵਾ ਦੂੰਗਾ, ਕਰਵਾ ਦੂੰਗਾ। ਹੈ ਸੱਚੀ ਕਰਾ ਉੱਤੇ ਰਹੇ ਗਲਤ ਮਾਲ ਸੀਨ ਮੇਰਾ ਸੜਿਆ ਅਖਬਾਰਾ ਚ ਆ ਜਾਏਗਾ। ਹੈ ਉਹ ਕੋਈ ਨਾ ਕਰਵਾ ਦੂੰਗਾ ਤੇਰਾ ਸੀਨ, ਇਹਦੇ ਨਾਲ ਨਾ ਬੈਠਾ ਕਰ, ਇਹਦੇ ਨਾਲ ਹੀ ਬੈਠਦੇ ਆਪਾਂ, ਤੂੰ ਨਾ ਬੈਠਿਆ ਕਰੋਏ, ਤੈਨੂੰ ਬਾਲੀ ਕੰਜਾ ਹੋ ਲੱਗੀ ਹੋਈ, ਤੂੰ ਮੇਰੇ ਨਾਲ ਚੱਲੀ ਇਧਰਲੇ ਖੇਤ ਵੇਖ ਕੇ ਆਉਣੇ ਆ, ਲੋਕੇਸ਼ਨਾਂ ਸਾਰੀਆਂ ਸਿਲੈਕਟ ਕਰਨੀਆਂ। ਮੇਰੀ ਗੱਲ ਸੁਣ ਲਾ ਓਏ, ਸਾਡੇ ਘਰੇ ਨਾ ਜਾਇਆ ਕਰ, ਤੈਨੂੰ ਮੈਂ ਦੱਸਾਂਗਾ ਨਾ ਸਾਡੇ ਜਾਇਆ ਕਰ ਖੇਤ, ਕੱਲ ਨੂੰ ਕਹੇਗਾ ਢੂਗਣਾ ਕੁੱਟਦਾ, ਤੂੰ ਸਾਲਾ ਲੱਗਦਾ, ਤੂੰ ਇਹਦੇ ਮੂੰਹ ਨਾਲ ਲੱਗ, ਤੂੰ ਐਂ ਦੱਸ ਲੱਗਦਾ ਨਾਲੇ ਹੋਰ। ਹੈਂ ਤੂੰ ਹੁਣ ਜਾਈ ਫਿਰ, ਤੂੰ ਕੀ ਕਰ ਲੇਗਾ ਮੇਰਾ, ਤੂੰ ਕੀ ਕਰ ਲੇਗਾ ਫਿਰ, ਉਸੇ ਘਰੇ ਸ਼ੂਟਿੰਗ ਕਰਨੀ ਆ ਮੈਂ, ਤੂੰ ਐਂ ਕਰ ਹੁਣੇ ਜਾ ਕੇ ਦਿਖਾ ਦੇ, ਹੁਣੇ ਉੱਧਰ ਹੀ ਚੱਲਿਆ ਮੈਂ। ਹੈਂ ਉੱਧਰ ਹੀ ਚੱਲਿਆ ਭੈਣ, ਤੂੰ ਜਾ ਜਾ ਤੂੰ। ਗੰਦ ਜਾਣਦਾ ਗੰਦ, ਉਹ ਕਾਹਨੂੰ ਕਾਹਨੂੰ, ਚੱਲ ਚੱਲ ਚੱਲ, ਲੜਾਈ ਕਾਹਨੂੰ ਵਧਾਉਣਾ, ਚੱਲ ਚੱਲ। ਕਿਹੜੀ ਜਨਾਨੀ ਹੈ ਜਿਹਦੇ ਤੋਂ ਹਜ਼ਾਰ ਨਹੀਂ ਲੱਗਦਾ, ਜੁੱਤੀਆਂ ਨਹੀਂ। ਓ ਜਾ ਨਾ 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 ਨਾ, ਚੱਲ 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 ਤੂੰ ਚੱਲ, ਸ਼ਰਮ ਨਹੀਂ ਆਉਂਦੀ ਇਹਨੂੰ, ਇਹਦੇ ਕੁੜੀ ਦੀ ਬਰੋਬਰ ਦੀ ਲਈ ਫਿਰਦਾ ਦੀ ਪਰਸੋਂ ਪੈਂਟ ਪਵਾਈ। ਹੈਂ ਫਿਰ ਤੇ ਦੁਬਾਰ ਕੇ ਟੋਪੀ ਵੀ, ਲੋਕ ਐਂ ਕਹਿਣਗੇ ਮੁੰਡੇ ਨਾਲ ਫਿਰਦਾ, ਸਾਨੂੰ ਪਤਾ ਨਹੀਂ ਵੀ ਕੁੜੀ ਨਾਲ ਫਿਰਦਾ ਤੂੰ। ਸਹੀ ਗੱਲ ਹੈ, ਐਂ ਤੂੰ ਖੇਤ ਬਣਾਉਂ ਤੇਰੇ ਮੈਂ ਫਿਲਮਾਂ ਦੇ ਕੈਮਰੇ ਜਿੱਥੇ ਇਹਨੇ ਅੱਬੀ ਰੇਨੇ ਮੈਂ ਕਿਹਾ ਬੜਾ ਵਿੱਚ ਬਣ ਗਿਆ, ਪਤਾ ਹੀ ਲੱਗਣ ਦਿੱਤਾ ਕਿਨੂੰ ਵਾਲੇ ਸਾਡੇ, ਹੈ ਨਾ। ਕੀ ਕਹਿ ਸਕਦੇ ਆਪਾਂ ਜੀ, ਹੁਣ ਕਿਹਦੇ ਦਿਲ ਦੀ ਗੱਲ ਕੰਜਰ ਦੀ ਕੀ ਸੀ ਮੈਨੂੰ ਤਾਂ ਆਪ ਹੀ ਨਹੀਂ ਪਤਾ ਲੱਗਿਆ। ਟੇਲਰਾਂ ਨੇ ਉਈ ਦੱਬ ਲਿਆ ਕਿ ਅੰਦਰ ਹੀ ਅੰਦਰ ਮੈਨੂੰ ਤਾਂ ਲੱਗਦਾ ਕਿ ਨਾ
ਤਾਂ ਆਪ ਹੀ ਨਹੀਂ ਦਿੱਤੀ ਨਾ ਹੁਣ ਕਹੀਂ ਦਾ ਪਿੰਡ ਚ ਨਹੀਂ ਦਾ ਕਿੱਥੇ ਕਿੱਥੇ ਨਹੀਂ ਉਹ ਬੜਾ ਬਾਪ ਲੱਗਿਆ ਯਾਰ ਇੱਥੇ ਬੰਦਰ ਖਾਂਦਾ ਕੀ ਕਰੀਏ ਸਾਹਮਣੋ ਸਾਹਮਣੀ ਮੋਟਰ ਹੋ ਗਈ ਨਾ ਕਹੀਂ ਦਾ ਖੇਤ ਆਏ ਬਿਨਾ ਸਾਰੇ ਚੁਗਲ ਵੀ ਇੱਕ ਨੰਬਰ ਦਾ ਚੁੱਪ ਕਰ ਕਿਉਂ ਕਿਵੇਂ ਹੋ ਮਦਰ ਮਾਰਦੀ ਭਰਾਵਾ ਸਾਰੀ ਤਾਂ ਲਾਉਣਾ ਭਾਗੂ ਦੇਖ ਲੈ ਪਿਆ ਘੰਟਾ ਹਜੇ ਨਾ ਨਾ ਰਹਿਣ ਦੇ ਜਵਾਕਾਂ ਦੇ ਤਬੀਤ ਜਿਹਾ ਪਾਇਆ ਹੋਇਆ ਆਂਡਾ ਮੀਟ ਘਰੋਂ ਬਣਨਾ ਬੰਦ ਕੀਤਾ ਹੋਇਆ ਕੀ ਰੱਖਿਆ ਤਵੀਤਾਂ ਜਾਂ ਆਪਾਂ ਨਾਲੇ ਕਦੋਂ ਵਹਿਮ ਕਰਦੇ ਰਹੇ ਆ ਹੈ ਤੂੰ ਕਿਹੜੇ ਵੇਲੇ ਲੱਗ ਗਿਆ ਕੰਮ ਚ ਚਲ ਮਾਰੇ ਕਰਮ ਹੁੰਦੇ ਨੇ ਜਦੋਂ ਕਰਨਾ ਪੈਂਦਾ ਹੈ ਆ ਪਿੰਡੇ ਵਾਲੇ ਕਹੀ ਜਾਣਾ ਕਿ ਤੇਰੀ ਭਾਗੂ ਨਾਲ ਵਿਗੜ ਗਈ ਮੈਂ ਕੌਣ ਕਹਿੰਦਾ ਚਲ ਕਹਿਣ ਵਾਲੇ ਤਾਂ ਕਹਿਣੀ ਆ ਭਾਈ ਹੁਣ ਜੋਗਿਆ ਜਿਹੜਾ ਕਹਿੰਦਾ ਮੂੰਹ ਫਾਲਾ ਕਿ ਨਹੀਂ ਚੀਲੇ ਹਾਂ ਹੈ ਚਲ ਆਪਾਂ ਤਾਂ ਪੈਸੇ ਲਾਏ ਨੇ ਤਾਂ ਇਹਦੇ ਤਾਂ ਕੀ ਹੋਊਗਾ ਇਹਦਾ ਪੈਸੇ ਲਾਏ ਨੇ ਬਾਣ ਤੇ ਤਾਂ ਕਿਹੜਾ ਭਾਈ ਸੀਂਦ ਖਰੀਦਿਆ ਬਚਾਲੇ ਬੰਦੇ ਡੀਲਰ ਪਾ ਲੇ ਵੀ ਪਤਾ ਲੱਗੇ ਨਾ ਪਹਿਲਾਂ ਬਿਆਨਾ ਉਧਰ ਘਮਾਤਾ ਫੇਰ ਬਿਆਨਾ ਤੂੰ ਆਪਦੇ ਨਾਲ ਕਰ ਗਿਆ ਜਿੱਦਾਂ ਬਹਾਨ ਲੈਣੀ ਸੀ ਚਾਰ ਕਿੱਲੇ ਪਿੱਛੇ ਹਟਮੇ ਲੈ ਲਾਉਂਦਾ ਕਾਹਨੂੰ ਇਹਦੀ ਲੈਣੀ ਸੀ ਬਾਣ ਬਾਣ ਦਾ ਜਿੱਥੇ ਮਰਜ਼ੀ ਲਾ ਲਾ ਜਦੋਂ ਪੈਸੇ ਲਾਉਣੇ ਨੇ ਬਾਈ ਮੇਰੀ ਗੱਲ ਸੁਣੋ ਸਾਰਾ ਪਿੰਡ ਗਵਾ ਕੇ ਫੁੱਲ ਪੈਸੇ ਦਿੱਤੇ ਝੋਲਾ ਭਰ ਕੇ ਜੇ ਫ੍ਰੀ ਕਿਹਾ 100 ਛਿੱਤਰ ਮਾਰ ਲਓ ਭਾਗੂ ਤੈਨੂੰ ਤਾਂ ਮੇਰੇ ਬਾਰੇ ਪਤਾ ਬਾਈ ਪੈਸੇ ਤਾਂ ਚੱਲ ਦਿੱਤੇ ਨੇ ਦਿੰਦੇ ਸੀ ਕਿਹੜਾ ਕਹਿੰਦੇ ਪੈਸੇ ਤਾਂ ਦੇਣੀ ਹੁੰਦੀ ਆਪਦੀ ਚੀਜ਼ ਦੇਊਗਾ ਪਰ ਐਂ ਵੀ ਜਿਹਦੇ ਨਾਲ ਨਹੀਂ ਬਣਦੀ ਹੁੰਦੀ ਬਾਣ ਹੁਣ ਵੀ ਰਦਵਾ ਲਾ ਲਾ ਵੀ ਇੱਥੇ ਉਰੇ ਆਇਆ ਨਹੀਂ ਮੁੜ ਕੇ ਹੁਣ ਕਹਿੰਦੇ ਪਿੰਡ 'ਚ ਨਹੀਂ ਦੇਖਿਆ ਖਬਰਾਂ ਕਿਹੜੀ ਬੇਸ਼ਰਮੀ ਦਾ ਮਾਰਾ ਲੋਕ ਕੀ ਗੱਲ ਹੋਈ ਹੈ ਕੀ ਨਹੀਂ ਮੇਰੇ ਤਾਂ ਜਿਗਰੀ ਯਾਰਤੀ ਉਹ ਬੇਸ਼ਰਮੀ ਤਾਂ ਹੁੰਦੀ ਹੈ ਬੰਦੇ ਨੂੰ 100 ਮੈਨੂੰ ਪੁੱਛਦੇ ਨੇ ਵੀਰਾ ਕਿੱਥੇ ਆ ਵੀਰਾ ਕਿੱਥੇ ਹੁਣ ਮੈਂ ਕੀ ਦੱਸਾਂ ਐਡਾ ਫਰੋਲ ਕੇ ਮੈਨੂੰ ਪੁੱਛੀ ਜਾਂਦੇ ਆ ਕਿ ਵੀਰਾ ਕਿੱਥੇ ਆ ਮਹਾ ਹੁਣ ਕੀ ਪਤਾ ਲੱਗਦਾ ਬਾਈ ਤੈਨੂੰ ਤਾਂ ਜਾਣ ਜਾਣ ਪੁੱਛਦੇ ਨੇ ਇਹਨੂੰ ਤਾਂ ਜਾਣ ਜਾਣ ਪੁੱਛਦੇ ਨੇ ਲੋਕਾਂ ਦਾ ਕੀ ਆ ਆਪਾਂ ਕਹਿੰਦੇ ਯਾਰ ਦਾ ਬੈਠਿਆ ਦੇਖ ਗੱਲ ਸੁਣ ਸਾਹਮਣੇ ਝੀਲਾ ਠੀਕ ਹੈ ਉਹਨਾਂ ਦਾ ਭਾਈਚਾਰਨ ਤੇ ਉਹਦਾ ਪਰਿਵਾਰ ਬਣਿਆ ਹੋਇਆ ਤੀ ਗਲਤ ਹੋ ਗਲਤ ਹੋ ਗਿਆ ਕੰਮ ਜਿਹੜਾ ਹੋਣਾ ਤਾਂ ਉਹ ਤੋਂ ਕੀ ਲੈਣਾ ਯਾਰ ਤੂੰ ਅੱਡ ਮਸਲਾ ਤੂੰ ਆਪਣਾ ਦੇਖ ਜੇ ਤੇਰਾ ਮੇਰੇ ਨਾਲ ਕੋਈ ਕਿੱਸਾ ਤਾਂ ਹੁਣ ਦੱਸ ਦੇ ਬਈ ਆਪਾਂ ਕਲੀਅਰ ਕਰ ਲੈਨੇ ਆਪਣਾ ਤੇਰੇ ਨਾਲ 1% ਗੁੱਸਾ ਨਹੀਂ ਹੈਗਾ ਮੇਰਾ ਤਾਂ ਨਾ ਕਾਹਦਾ ਗੁੱਸਾ ਸਾਹਮਣੇ ਮੋਟਰ ਤੇਰੀ ਆ ਇੱਥੇ ਮੇਰੀ ਹੈ ਕਦੇ ਨਾ ਉਹਦੇ ਤੂੰ ਐ ਮੜ ਲਾ ਉਹਦੇ ਅਸੀਂ ਮਾੜਾ ਮੋਟਾ ਯਾਰ ਹੁੰਦਾ ਸ਼ਾਇਦ ਤੈਨੂੰ ਪਤਾ ਹੋਵੇ ਅਸੀਂ ਬੋਲ ਪਏ ਚੱਲ ਕਈ ਵਾਰੀ ਬੰਦਾ ਬੋਲ ਪੈਂਦਾ ਸਾਲਾ ਮੈਨੂੰ ਐਂ ਹੋਵੇ ਮੈਂ ਯਾਰ ਵੀ ਭਾਗੂ ਨੂੰ ਮੈਂ ਨਹੀਂ ਬੋਲਣਾ ਸੀ ਤੂੰ ਤਾਂ ਹੁਣ ਮੇਰਾ ਫਾਇਦਾ ਹੀ ਸੋਚਦਾ ਅੱਗੇ ਕਿਹੜਾ ਤਾਂ ਮੈਨੂੰ ਰੋਕਿਆ ਨਹੀਂ ਕਿਸੇ ਕੰਮ ਤੋਂ ਚੱਲ ਚੱਲ ਉਹ ਜਾਣੇ ਬਾਕੀ ਕੋਈ ਨਾ ਚੱਲ ਆਊਂਗਾ ਮੈਂ ਮੀਟ ਮੂਟ ਜਾਂ ਦੇਖਦਾ ਚੰਗਾ ਜਾਇਓ ਨਾ ਤੁਸੀਂ ਕੋਈ ਚੰਗਾ ਬਾਈ ਤੂੰ ਕਰ ਲੈ ਕੋਈ ਨਾ ਤਾਂ ਦੇਖਦੇ ਆਂ ਆਪਦਾ ਲੰਘਦੇ ਆਂ ਬਸ ਡੋਗਲ ਕਿਸੇ ਥਾਂ ਦਾ ਸਵਾਦ ਦਾ ਡੋਗਲ ਹੈ ਸਵਾਦ ਲੈਂਦਾ ਡੋਗਲਿਆ ਬੰਦਾ ਤਾਂ ਚੱਲ ਜਾਣ ਜਾਣ ਸਵਾਦ ਲੈਂਦੇ ਇੱਥੇ ਆ ਕੇ ਵੀ ਦੇਖ ਕੈਂਟ ਜੀ ਆਈ ਹੈ ਕਿ ਨਾ ਆਈ ਹੈ ਕਿਉਂ 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 ਕਰੀ ਦੁਬਾਰੀ ਆਏ ਆ ਕੱਟ ਜਾ ਲਾ ਕੇ 5-7 ਮਿੰਟ ਦਾ ਕੱਟ ਜਾ ਲਾ ਗਈ ਠੀਕ ਹੈ ਕਿਉਂ ਬੁੜਿਆ ਕਿਵੇਂ ਹੈ ਵੀ ਮੈਂ ਦੇ ਕੰਨ ਮਾਰੇ ਬੁੜਾ ਕਹਿਣਾ ਓਏ ਬੁੜਾ ਨਹੀਂ ਮੇਰੀ ਗੱਲ ਸੁਣ ਮੇਰਾ ਡੈਡੀ ਬੁਲਾਉਂਦਾ ਦੀਗਾ ਤੈਨੂੰ ਘਰੇ ਜਾ ਕੇ ਆਈ ਉਹ ਲਵੇ ਡੈਡੀ ਓ ਬੁਲਾਉਂਦਾ ਦੀ ਕਿ ਹੋਰ ਬੁਲਾਉਂਦੀ ਕੋਈ ਉਹ ਡੈਡੀ ਓ ਬੁਲਾਉਂਦਾ ਦੀ ਬਜਾ ਕਰ ਤੂੰ ਹੈ ਤੂੰ ਰਹਿਣ ਦੇ ਅਗਲਾ ਕਿਤੇ ਤੇਰੀ ਬੀਬੀ ਸਿੱਧੇ ਜਵਾਲ ਕਰਾਈ ਫਿਰਦੀ ਦੀ ਗੱਲ ਆ ਦੇਖ ਲੈ ਹੁਣ ਇਹ ਤੰਬੇ ਖਾਣ ਵਾਲੀਆਂ ਗੱਲਾਂ ਕਰਦਾ ਉਹ ਦੁਕਾਨ ਜੀ ਚੋਂ ਦੇਖੀ ਉਹ ਨਿਕਲਦੀ ਤਾਂ ਵੀ ਹੋਰ ਆ ਸੇਲੀਆਂ ਤਿੱਖੀਆਂ ਕਰਾਈਆਂ ਫਿਰ
ਲਾਲ ਜਾ ਮੂੰਹ ਕਰਾਈ ਪਟਕੇਰੂ ਵਾਲਾ ਹੀ ਫਿਰਦੀ ਆ ਸਮਾਰਦੀ ਹੁੰਦੀ ਨੇ ਜਿਹੜਾ ਸੂਏ ਦੀ ਵਾਰੀ ਹੋਡੇ ਵਾਲੀ ਕਿੱਥੇ ਆ ਮੇਰਾ ਡੈਡੀ ਪੁੱਛਦਾ ਸੀਗਾ ਸੂਆ ਤਾਂ ਮੱਲਾ ਆਪਣਾ ਤਾਂ ਲੰਘ ਗਈ ਵਾਰੀ ਹੈ ਇਹਦਾ ਦੇਤੀ ਉਹਨਾਂ ਨੂੰ ਉਹ ਸਾਡੇ ਮੋਟਰ ਮੱਚ ਗਈ ਉਹ ਐਂ ਹੀ ਪੁੱਛਦਾ ਸੀਗਾ ਬਾਕੀ ਕਹਿੰਦਾ ਮੇਰੇ ਕੋਲ ਉਹਦੇ ਲਵੇ ਭੇਜ ਦੀ ਪਰਸੋਂ ਵਾਲੀ ਲਾ ਲਈ ਦੁਬਾਰੇ ਵਾਲੀ ਪਰਸੋਂ ਨੂੰ ਆ ਜਾਣੀ ਪਰਸੋਂ ਲਾ ਲਈ ਦੁਬਾਰੋਂ ਕੋਈ ਨਾ ਮੇਰਾ ਡੈਡੀ ਆਈ ਕਹਿੰਦਾ ਸੀਗਾ ਕਹਿੰਦਾ ਜਾ ਕੇ ਕਹਿੰਦਾ ਮੌਸਮ ਲੱਗਦੀ ਆ ਤਾਂ ਕਹਿੰਦਾ ਲੱਗਦੀ ਆ ਮੇਰੀ ਤੈਨੂੰ ਬੜਾ ਡਰ ਪਾਉਂਦਾ ਹੋਰ ਹੁਣ ਗੱਲ ਤਾਂ ਦੇਖ ਲੈ ਕਿੱਥੇ ਕਰਦਾ ਇਹ ਗੱਲ ਕਿੱਥੇ ਕਰਦਾ ਨਾਲੇ ਹੁਣ ਤੂੰ ਮੁੱਛਾਂ ਤਿੱਖੀਆਂ ਕਰੀ ਫਿਰ ਤਾਂ ਡਰਾ ਲੇਗਾ ਮੈਨੂੰ ਮੇਰੀ ਗੋਦੀ ਚ ਪਲਿਆ ਮੈਂ ਮੈਨੂੰ ਟਿਚਰਾ ਕਰੀ ਦਾ ਬੜਾ ਕਹੀ ਜਾਂਦਾ ਕੁੱਤਰਦਾ ਕੁੱਤਰਨੀ ਦਿੰਦੇ ਹੋਰ ਹਾਂਜੀ ਹੋਰ ਗਬਰੂ ਕਹਾਉਂਦਾ ਹੋਣਾ ਹਾਂਜੀ ਬਾਈ ਕਹਿਣ ਦੇ ਵਿਆਹ ਹੋ ਜਾਣਦੇ ਤਾਂ ਦੇਖੀ ਝੱਟ ਦੀ ਇਹਦੀ ਬਣਦੀ ਰੇਲ ਕਾਹਦਾ ਬਾਈ ਕਾਹਦਾ ਬਾਈ 5 ਲੱਖ ਮੈਂ ਤੈਨੂੰ ਕੀ ਕਿਹਾ ਬਾਈ ਕੀ ਹੋ ਗਿਆ ਓਏ ਪੈਸੇ ਦੇਣ ਆਉਂਦਾ ਹੋਊ ਕੋਈ 5 ਲੱਖ ਕਰਦਾ ਦੇਣ ਦੇ ਰੱਖੇ ਹੋਣੇ ਕਿਸੇ ਨੂੰ ਇਹਨਾਂ ਨੇ ਮੈਂ ਇਹੋ ਜਿਹਾ ਕੀ ਕਰਿਆ ਬਾਈ ਜਿਹੜਾ ਤੂੰ ਮੈਨੂੰ ਐਂ ਮਾਰਨ ਨੂੰ ਕਹਿਣਾ ਕਹਿੰਦਾ ਓਏ ਕਰਦਾ ਕੂੜਦਾ ਕੋਈ ਹੈ ਇੱਧਰ ਕਰਾ ਗੱਲ ਰੇਡੂਏ ਤੇ ਲਾ ਫੋਨਾ ਬਾਈ ਮੈਂ ਤੈਨੂੰ ਕਿਹਾ ਕੀ ਹੈ ਕਾਹਦਾ ਉੱਚਾ ਰੇਡੂਆ ਕਰਦਾ ਕੀ ਕਹਿੰਦਾ ਇਹ ਕੌਣ ਹੈ ਤੂੰ ਉਹ ਕਿਹੜਾ ਤੂੰ ਬਾਈ ਕਰਿਆ ਕੀ ਹੈ ਮੈਂ ਤਾਇਆ ਬੋਲਦਾ ਵਾ ਕੋਈ ਮਰਜ਼ੀ ਹੋਵੇ ਮੈਨੂੰ ਤਾਏ ਦਾ ਫਰਕ ਨਹੀਂ ਪੈਂਦਾ ਜਿਹੜੀਆਂ ਕਰਤੂਤਾਂ ਫੜਾ ਰੱਖੀਆਂ ਨੇ ਤੜਕਿਆਂ ਨੂੰ ਸਾਰੇ ਪਿੰਡ 'ਚ ਫੋਟੋਆਂ ਲਵਾ ਦੂੰਗਾ ਕੀ ਕਰਿਆ ਮੈਂ ਕਰਿਆ ਕੀ ਆ ਓਏ ਖੜ ਜਾ ਓਏ ਕਿਹੜੀਆਂ ਕਰਤੂਤਾਂ ਓਏ ਗੱਲ ਸੁਣ ਲਓ ਮੇਰੀ ਰੁਪਿਆ 5 ਲੱਖ ਮੇਰੇ ਅਕਾਊਂਟ 'ਚ ਪਾ ਦਿਓ ਤੈਨੂੰ ਮੇਰਾ ਸਾਲਾ ਮੈਂ ਹੁਣ ਨਾ ਦੇਦਾ ਠੋਲੂ ਕਿਤੇ ਸਾਲਾ ਬਣਿਆ ਠੁੱਕਦਾ ਨਾਲੇ ਹੋਰ ਕੱਟ ਦੇ ਓਏ ਹੈਂ ਕੀ ਮੇਰਾ ਵਟਸਐਪ ਚੈੱਕ ਕਰ ਭੇਜਦਾ ਮੈਂ ਡਾਟਾ ਕੰਜਦਾ ਚਮੀ ਨੰਗ ਤਾਂ ਨੰਗਾ ਬੈਠਿਆ ਤੂੰ ਜਨਾਨੀ ਕੌਣ ਹੈ ਮੈਂ ਨੀ ਹੈਗਾ ਇਹ ਮੇਰਾ ਸਾਰਾ ਫੋਟੋ ਤਾਂ ਤੇਰੀ ਹੈ ਫੋਟੋ ਤਾਂ ਤੇਰੀ ਹੈ ਹੁਣ ਵਿਚਾਲੇ ਹੋਰ ਕੀ ਜਮੀਨ ਨੰਗਾ ਪਿਆ ਤੂੰ